ਲਗਦਾ ਨਹੀਂ ਇਹ ਗਲਤੀ ਹੋ ਗਈ ਸੀ ਪ੍ਰਤਾਪ ਬਾਜਵਾ ਜੀ ਜੇ ਜੇ ਨਾ ਹੁੰਦੀ ਸ਼ਾਇਦ ਪਤਾਪਾਜਾ ਚੀਫ ਨੈਕਟਰ ਹੁੰਦੇ ਪੋਲੀਟੀਕਲੀ ਮੈਂ ਸਮਝਦਾ ਕਿ ਇਟ ਵਾਸ ਨਾਟ ਅ ਵਾਈਸਡ ਮੈਂ ਇਸ ਦਾ ਲੋਨ ਕੈਮਰੇ ਐਕਸੈਪਟ ਕਰਨ ਨੂੰ ਤਿਆਰ ਹਾਂ ਕਿ ਕਈ ਵਾਰ ਪੋਲੀਟੀਕਲ ਮੂਵਜ਼ ਗਲਤ ਵੀ ਹੋ ਜਾਂਦੀਆਂ ਨੇ ਇਟ ਵਾਸ ਅ ਰੋਂਗ ਪੋਲੀਟੀਕਲ ਮੂਵ ਉਹ ਟਾਈਮ ਨਹੀਂ ਸੀ ਕਿ ਕੈਪਟਨ ਨੂੰ ਪਾਰਲੀਮੈਂਟ ਤੋਂ ਬਾਅਦ ਹੀ ਬਦਲ ਦੇਣਾ ਚਾਹੀਦਾ ਸੀ ਟਾਈਮਿੰਗ ਲੱਤੋ ਗਿਆ ਉਹਦੇ ਵਿੱਚੋਂ ਨਿਕਲਿਆ ਪਾਇਆ ਕੁਝ ਨਹੀਂ ਫਿਰ ਤਿੰਨ ਆ ਗਏ ਤਿੰਨੋ ਚੀਮਿਸਟਰੀ ਦੇ ਕੈਂਡੀਡੇਟ ਸੀ ਤਿੰਨੋ ਹੀ ਇੱਕ ਦੂਜੇ ਦੇ ਫਿਰ ਕੱਪੜੇ ਦੇ ਹੇੜੇ ਚ ਲੱਗੇ ਪੇਤਕਾ ਮਨ ਲੱਪੜ ਗਿਆ 2027 ਚ ਕਾਂਗਰਸ ਦਾ ਚੀਰਾ ਪ੍ਰਤਾਪ ਸਿੰਘ ਬਾਜਵਾ ਹੋ ਸਕਦਾ ਕਿਉਂ ਨਹੀਂ ਹੋ ਸਕਦੇ ਪ੍ਰਤਾਪ ਸਿੰਘ ਬਾਜਵਾ ਨੇ ਕਹੇਦੇ ਮਾਮ ਮਾਰੇ ਨਹੀਂ ਹੋ ਸਕਦੇ ਨੂੰ ਨਹੀਂ ਹੋ ਸਕਦਾ ایکسپੀਰੀਅੰਸ ਆਦਿ ਨਾਲ ਪਾਤੀ ਹਰਤੀ ਹੈ ਉਹ ਤਾਂ ਕਹਿੰਦੇ ਆ ਕਿ ਆਪਰੇਸ਼ਨ ਲੋਟਸ ਹੋ ਰਿਹਾ ਸਾਡੀ ਸਰਕਾਰ ਤੋਂ ਕੁਝ ਹੋ ਰਹੀ ਹੈ ਕਾਂਗਰਸ ਚ ਬੈਠੀ ਹੈਗੀ ਯਾਨੀ ਕਾਂਗਰਸ ਉਹਨਾਂ ਨੇ ਕਾਂਗਰਸ ਦੇ ਉੱਤੇ ਬਕਾਇਦਾ ਤੌਰ ਤੇ ਸਟੇਟਮੈਂਟ ਜਾਰੀ ਕੀਤੀ ਹੈ ਕਾਂਗਰਸ ਆਪਣੇ ਲਖਨਾ ਬੰਬ ਬੰਨ ਮਾਰ ਕੇ ਦੇ ਬੱਟਨ ਨਿਬਾਦੇ ਨੂੰ ਪਤਾ ਸੀ ਬਹੁਤ ਲੰਬਾ ਚਿਰ ਚੱਲਨੇ ਇਹ ਦਰਬੀ ਦੀ ਰੇਸ ਦੇ ਅਰਬੀ ਘੋੜੇ ਨਹੀਂ ਨੇ ਇਹ ਦੇਸੀ ਖਜਰਾ ਨੇ ਇਹ ਜਿਹੜੀਆਂ ਨੇ ਇਸ ਰੇਸ ਨੂੰ ਜਿੱਤ ਨਹੀਂ ਸਕਣਗੀਆਂ ਇਹਨਾਂ ਦੂਜੇ ਤੀਜੇ ਰਾਊਂਡ 'ਚ ਗੋਡਿਆਂ ਭਰਨੇ ਹੋ ਕੇ ਹੱਕ ਕੇ ਡਿੱਗ ਪੈਣਾ ਉਸ ਤਰ੍ਹਾਂ ਹੀ ਡਿੱਗਣੇ ਸ਼ੁਰੂ ਹੋਏ ਤੇ 6 ਮਹੀਨੇ ਹੋਏ ਲੋਕਾਂ ਨੇ ਦਾ ਖਚਰਾਂ ਤੇ ਲਾਤਾ ਘੋੜਿਆਂ ਤੇ ਨਹੀਂ ਲਾਇਆ ਕਈ ਵਾਰ ਹੋ ਜਾਂਦਾ ਕਾਂਗਰਸ ਕੀ ਕਰੇ ਇਹ ਵੀ ਸੁਣ ਲੋ ਅਜੇ ਜਾਸ ਲੱਗਾ ਨਹੀਂ ਯਾਦਵਿੰਦਰ ਜੀ ਮਹਾਰਾਸ਼ਟਰ ਵੜਾ ਜਾਸ ਆਣਾ ਜਿਦ ਦਿਨ ਆ ਕੇ ਜਾਣ ਲੱਗਾ ਮਹਾਰਾਸ਼ਟਰ ਜੇ ਇੱਕ ਨਾ ਛੰਦੇ ਚੋਕੇ ਲੈ ਜਾਂਦੇ ਇਹ ਲੱਗਣਾ ਚੰਡੀਗੜ੍ਹ এয়ারਪੋਰਟ ਇਹ ਲੱਗੇਗਾ 3-4 ਮਹੀਨੇ ਪਾਰਲੀਮੈਂਟ ਤੋਂ ਪਹਿਲੇ ਤੂੰ ਯਾਦ ਰੱਖੀ ਤੇ ਜਿੱਦ ਦਿਨ ਲੱਗਾ ਸਾਰਾ ਸਮਾਨ ਇਹਦਾ ਤਾਂ ਉਸ ਚਾਲ ਇਹਨਾਂ ਸਾਰੇ ਸਮਾਨ ਸਮਝ ਹਾਂ ਜਹਾਜ਼ ਬਾਰੇ ਤੁਹਾਨੂੰ ਇੰਨੀ ਸੂਚਨਾ ਪੱਕੀ ਕਿ ਮੈਂ ਤੁਹਾਡੇ ਕੋਲ ਮਤਲਬ ਵੀ ਮਹਾਰਾਸ਼ਟਰ ਵਾਲਾ ਜਾ ਜਾ ਕੇ ਚੰਡੀਗੜ ਲੱਗੂਗਾ ਮੈਂ 10 ਸਾਲ ਯਾਦਵਿੰਦਰ ਜੀ ਉੱਥੇ ਇੱਕ ਸੈਂਟਰ ਦੇ ਵਿੱਚ ਹੀ ਰਿਹਾ ਨਹੀਂ 10 ਸਾਲ ਮੈਨੂੰ ਸਾਰੀ ਜਾਣਕਾਰੀ ਆਪ ਦੀ ਵੀ ਜਾਣਕਾਰੀ ਪਾਜ ਪਾ ਦੀ ਵੀ ਜਾਣਕਾਰੀ ਕਿ ਇਹਨਾਂ ਦੇ ਤੌਰ ਤਰੀਕੇ ਕੀ ਨੇ ਕਰਨਗੇ ਕੀ ਤੇ ਮੈਨੂੰ ਇਹ ਵੀ ਜਾਣਕਾਰੀ ਔਨ ਗਰਾਉਂਡ ਕਿ ਆਪ ਦੇ ਐਨਐਲਏ ਤੇ ਬਰਿਸਟ ਲੱਭ ਕੀ ਰਹੇ ਅਸੀਂ ਉਹ ਦਿਨ ਕੱਢ ਕੇ ਤੁਹਾਡੀ ਇਹ ਸਟੇਟਮੈਂਟ ਚਲਾਵਾਂਗੇ ਜਿਸ ਦਿਨ 2024 ਦੇ ਨਤੀਜੇ ਆਉਣਗੇ 110% ਮੈਂ ਤੁਹਾਡੇ ਨਾਲ ਬੈਠਾ ਹਾਂਗਾ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਰਾਜਨੀਤੀ ਚ ਸਾਲ, ਮਹੀਨੇ, ਹਫ਼ਤੇ ਬਹੁਤ ਜ਼ਿਆਦਾ ਹੁੰਦੇ ਨੇ। ਰਾਜਨੀਤੀ ਜਦੋਂ ਬਦਲਣ ਲੱਗਦੀ ਹੈ ਘੰਟਿਆਂ ਚ ਹੀ ਬਦਲ ਜਾਂਦੀ ਹੈ। ਪੰਜਾਬ ਦੀ ਰਾਜਨੀਤੀ ਦੇ ਅੰਦਰ ਆਮ ਆਦਮੀ ਪਾਰਟੀ ਨਵੀਂ ਧਿਰ ਵੱਜੋਂ ਆਈ ਸਰਕਾਰ ਬਣਾਈ ਹੁਣ ਵਿਰੋਧੀ ਧਿਰ ਉਹਨੂੰ ਸਵਾਲ ਵੀ ਕਰ ਰਹੀ ਹੈ ਪਰ ਸਵਾਲ ਇਹ ਹੈ ਕਿ ਵਿਰੋਧੀ ਧਿਰ ਦਾ ਭਵਿੱਖ ਕੀ ਹੈ ਵਿਰੋਧੀਆਂ ਦਾ ਭਵਿੱਖ ਕੀ ਆਮ ਆਦਮੀ ਪਾਰਟੀ ਦੇ ਸਾਹਮਣੇ ਜਾਂ ਪੰਜਾਬ ਦੀ ਰਾਜਨੀਤੀ ਅੱਗੇ ਕਿਸ ਤਰੀਕੇ ਨਾਲ ਇਵੋਲਵ ਹੋ ਸਕਦੀ ਹੈ ਜਾਂ ਕਿਸੇ ਦਾ ਰਵਾਈਵਲ ਹੋਏਗਾ ਜਾਂ ਨਹੀਂ ਹੋਏਗਾ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ অপੋਜੀਸ਼ਨ ਵਿਰੋਧੀ ਧਿਰ ਦੇ ਲੀਡਰ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਸਵਾਗਤ ਕਰਦੇ ਆਂ ਉਹਨਾਂ ਦਾ ਸਵਾਗਤ ਬਾਜਾ ਤੁਹਾਡਾ ਸਾਡੇ ਸਟੂਡੀਓ 'ਨ ਤੇ ਜੀ ਥੈਂਕ ਯੂ ਯਾਦਵੰਦ ਜੀ ਬਹੁਤ ਮਿਹਰਬਾਨੀ ਤੁਹਾਡੀ ਬੜੇ ਸੀਜ਼ਨਡ ਪੋਲਿਟਿਸ਼ੀਅਨ ਹੋ ਤੁਸੀਂ ਬਹੁਤ ਸਾਰਾ ਕੁਝ ਦੇਖਿਆ ਪੰਜਾਬ ਦੇ ਅੰਦਰ ਲਗਾਤਾਰ ਬੋਲ ਵੀ ਰਹੇ ਹੋ ਅਜੇ ਟਾਈਮ ਬਹੁਤ ਪਿਆ ਮੈਜ ਵਿੱਚ ਜ਼ਿਕਰ ਕਰ ਰਹੇ ਆਗਾ ਰਾਜਨੀਤੀ ਬਾਰੇ ਲੰਬੀ ਟਿੱਪਣੀ ਤਾਂ ਨਹੀਂ ਹੁੰਦੀ ਕੀ ਹਾਲ ਆ ਕਾਂਗਰਸ ਦਾ ਤੇ ਕੀ ਹਾਲ ਆ ਪੰਜਾਬ ਦਾ ਵੇਖੋ ਯਾਦਵੰਦ ਜੀ ਅਜੇ ਬਹੁਤ अर्ਲੀ ਹੈ ਵੇਖੋ 75 ਸਾਲ ਬਾਅਦ ਰਵਾਇਤੀ ਪਾਰਟੀਆਂ ਨੂੰ ਰਿਜੈਕਟ ਕਰਕੇ ਇੱਕ ਇਹੋ ਜਿਹੀ ਪਾਰਟੀ ਆਈ ਜਿਹੜੀ ਅਨਟੈਸਟਿਡ ਸੀ ਇੱਕ ਪਰਸੈਪਸ਼ਨ ਤੇ ਲੋਕਾਂ ਦੀ ਆਸਾਂ ਉਮੀਦਾਂ ਤੇ ਲੋਕਾਂ ਨੂੰ ਇਹ ਗੱਲ ਕਹਿ ਕੇ ਕਿ ਅਸੀਂ ਬਦਲਾਵ ਲੈ ਕੇ ਆਵਾਂਗੇ ਅਸੀਂ ਇੱਕ ਕਾਮਨ ਸੱਥਾਂ ਦੇ ਵਿੱਚੋਂ ਇਹ ਪਾਰਟੀਆਂ ਚੱਲਣਗੀਆਂ ਪਿੰਡ ਦੀਆਂ ਸੱਥਾਂ ਵਿੱਚੋਂ ਸ਼ਹਿਰ ਦੀਆਂ ਸੱਥਾਂ ਵਿੱਚੋਂ ਚੱਲਣਗੀਆਂ ਜਿਹੜੀਆਂ ਚੀਜ਼ ਲੋਕ ਪਸੰਦ ਨਹੀਂ ਕਰਦੇ ਕਿ ਅਸੀਂ ਸਿਕਿਉਰਟੀ ਤੁਹਾਡੇ ਵਾਸਤੇ ਹੋਏਗੀ ਸਾਡੇ ਵਾਸਤੇ ਨਹੀਂ ਹੋਏਗੀ ਅਸੀਂ ਬਹੁਤ ਵੱਡੀਆਂ ਗੱਡੀਆਂ ਸਟੇਬਲ ਨਹੀਂ ਕਰਾਂਗੇ ਅਸੀਂ ਮਰੂਤੀਆਂ ਵਿੱਚ ਜਾਂ ਮਰੂਤੀ ਵੈਗਨ ਆਰ ਸਫ਼ਰ ਕਰਾਂਗੇ ਸਾਡੀ ਜਮਾਤ ਹੋਵੇ ਜਿਹੜੀ ਦੋ ਕਮਰਿਆਂ ਵਿੱਚ ਰਹਿ ਕੇ ਗੁਜ਼ਾਰਾ ਕਰੇਗੀ ਤੋ ਇਹ ਸਾਰੀਆਂ ਚੀਜ਼ਾਂ ਕਹਿਣ ਨੂੰ ਬਹੁਤ achੀਆਂ ਸੀ ਐਂਡ ਸਪੈਸ਼ਲੀ ਜਦੋਂ ਤੁਹਾਨੂੰ ਪਤਾ ਹੈ ਇੱਕ ਹਿੰਦੁਸਤਾਨ ਵਰਗਾ ਦੇਸ਼ ਜਿਹਦੀ ਆਬਾਦੀ ਬਹੁਤ ਵੱਡੀ ਹੈ ਜਿਹਦੇ ਵਿੱਚ ਵੱਡੇ ਪੈਮਾਨੇ ਤੇ ਲੋਕ ਮਿਡਲ ਕਲਾਸ ਤੋਂ ਥੱਲੇ ਨੇ ਉਹਨਾਂ ਦਾ ਦੋ ਵਕਤਾਂ ਗੁਜ਼ਾਰਾ ਮੁਸ਼ਕਲ ਹੁੰਦਾ ਹੈ ਲੋਕ ਚਾਹੁੰਦੇ ਨੇ ਕਿ ਇਹੋ ਜੀ ਪਾਰਟੀ ਆਈ ਜਿਹੜੀ ਸਾਡੇ ਵਿੱਚੋਂ ਹੀ ਹੋਵੇ ਉਹਨਾਂ ਦਾ ਸੋਸ਼ਲ ਅਤੇ ਫਾਈਨੈਂਸ਼ੀਅਲ ਸਟੇਟਸ ਹੋਵੇ ਜੋ ਸਾਡਾ ਤੇ ਲੋਕਾਂ ਨੇ ਬਹੁਤ ਵੱਡੀ ਆਸ ਉਮੀਦ ਤੇ ਇਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਬਟ ਮੈਨੂੰ ਵੀ ਹੈਰਾਨੀ ਗਈ ਇਸ ਗੱਲ ਦੀ ਹੋਈ ਮੈਂ ਤੇ ਕਿਉਂਕਿ ਪਰਾਣਾ ਇਹਨਾਂ ਬਹੁਤ ਸਾਰੇ ਲੋਕਾਂ ਦਾ ਵਾਕਫ ਸੀ ਬਹੁਤ ਸਾਰੇ ਲੋਕ ਸਾਡੀ ਜਮਾਤ ਚੋਂ ਹੀ ਗਏ ਮੈਨੂੰ ਪਤਾ ਸੀ ਬਹੁਤ ਲੰਬਾ ਚਿਰ ਚੱਲਨੇ ਨਹੀਂ ਇਹ ਦਰਬੀ ਦੀ ਰੇਸ ਦੇ ਅਰਬੀ ਘੋੜੇ ਨਹੀਂ ਨੇ ਇਹ ਦੇਸੀ ਖਚਰਾ ਨੇ ਇਹ ਜਿਹੜੀਆਂ ਨੇ ਇਸ ਰੇਸ ਨੂੰ ਜਿੱਤ ਨਹੀਂ ਸਕਣਗੀਆਂ ਇਹਨਾਂ ਦੂਜੇ ਤੀਜੇ ਰਾਉਂਡ ਚ ਘੋੜਿਆਂ ਭਰਨੇ ਹੋ ਕੇ ਥੱਕ ਕੇ ਡਿੱਗ ਪੈਣਾ ਉਸ ਤਰ੍ਹਾਂ ਹੀ ਡਿੱਗਣੇ ਸ਼ੁਰੂ ਹੋਏ ਤੇ 6 ਮਹੀਨੇ ਹੋਏ ਨੇ ਲੋਕਾਂ ਫਿਰ ਇਹ ਕੀ ਗੱਲ ਹੋਈ ਕਿ 2022 ਦੀਆਂ ਚੋਣਾਂ ਚ ਲੋਕਾਂ ਨੇ ਤੁਸੀਂ ਕਹਿੰਦੇ ਹੋ ਇਹ ਘੋੜੇ ਨਹੀਂ ਖਚਰਾਂ ਨੇ ਲੋਕਾਂ ਨੇ ਦਾ ਖਚਰਾਂ ਤੇ ਲਾਤਾ ਘੋੜਿਆਂ ਤੇ ਨਹੀਂ ਲਾਇਆ ਨਹੀਂ ਕਈ ਵਾਰ ਹੋ ਜਾਂਦਾ ਹੈ ਕਈ ਵਾਰ ਆਪਾਂ ਵੇਖੋ ਤੁਸੀਂ ਲਿਟਰਲ ਸੈਂਸ ਨਾਲ ਲਿਓ ਮੈਂ ਇਹ ਨਹੀਂ ਕਹਿੰਦਾ ਕੋੜੇ ਤੇ ਖਚਰਾਂ ਦਾ ਮਤਲਬ ਇਹ ਹੈ ਕਿ ਇਹ ਕੋਈ ਨਾ ਤੇ ਇਹਨਾਂ ਚ ਕਿਸੇ ਚ ਕੋਈ ਬਹੁਤੀ ਐਜੂਕੇਸ਼ਨ ਨੇ ਨਾ ਕੋਈ ਇਹਨਾਂ ਚ ਕਿਸੇ ਚ ਕੋਈ ਲੀਡਰਸ਼ਿਪ ਦੀ ਜਿਹਾ ਵਿਜਨ ਚਾਹੀਦੀ ਹੈ ਕੋਈ ਵਿਜਨਰੀ ਬੰਦਾ ਹੈ ਨਹੀਂ ਇਹ ਆਰਡੀਨਰੀ ਬੰਦੇ ਸੀ ਸਾਰੇ ਲੋਕਾਂ ਨੇ ਬਦਲਾਵ ਦੇ ਨਾਂ ਥੱਲੇ ਨਿਰੀ ਝਾੜੂ ਨੂੰ ਵੋਟ ਪਾਈ ਇਹਨਾਂ ਤੇ ਕਿਸੇ ਕੈਂਡੀਡੇਟ ਨੂੰ ਵੋਟ ਨਹੀਂ ਪਈ ਕਿਉਂਕਿ ਜਿਹੜਾ ਸਟੈਂਡਰਡ ਕੁਆਲਿਟੀ ਆਫ ਲੈਜਿਸਲੇਟਰਸ ਮੈਂ ਆਪਣੇ ਸਾਹਮਣੇ ਵੇਖ ਰਿਹਾ ਬੈਠੇ ਕਈ ਵਾਰ ਸਾਨੂੰ ਤਰਸ ਵੀ ਆਉਂਦਾ ਕਿੱਥੇ ਹਸਤਾ ਪ੍ਰਤਾਪ ਸਿੰਘ ਕਹਿ ਰਹੇ ਕਿੱਥੇ ਅੱਜ ਭਗਵੰਤ ਮਾਨ ਕਿੱਥੇ ਇੰਨੇ ਇੰਨੇ ਸੀਜ਼ਨ ਪੋਲੀਟੀਸ਼ੀਅਨਸ ਜਦੋਂ ਡਿਬੇਟਸ ਚ ਸਾਲ ਲੈਂਦੇ ਸੀ ਹਰ ਆਦਮੀ ਉਹਨਾਂ ਦੀ ਗੱਲ ਸੁਣਦਾ ਸੀ ਕਿਤੇ ਲੋਕ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹਾਊਸ ਚੱਲਦਾ ਕਿਸ ਤਰ੍ਹਾਂ ਮਿੰისტਰ ਜਿਨੂੰ ਨੇ ਪਤਾ ਤੋ ਹੀ ਹੈਰਾਨ ਹੋ ਗਏ ਯਾਦਵਿੰਦਰ ਜੀ ਸਵਾਲ ਅਸੀਂ ਇੱਕ ਮਿੰისტਰ ਨੂੰ ਕਰਨੇ ਆ ਦੂਜਾ ਉੱਠ ਕੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਨਾਟ ਰੈਲਾਈਜ਼ਿੰਗ ਕਿ ਕੁਐਸਚਨ ਆਰ ਜ ਕੱਲਾ ਮਿੰისტਰ ਜਿਹਨੂੰ ਸਵਾਲ ਹੋਇਆ ਹੁੰਦਾ ਕੱਲਾ ਉਹੀ ਜਵਾਬ ਦੇ ਸਕਦਾ ਸੋ ਇਹਨਾਂ ਦੇ ਵਿੱਚ ਗੈਰ ਤਜਰਬੇਕਾਰ ਕਾਈਂਡਲੀ ਉਹ ਮਾਇਨ ਨਾ ਕਰਿਓ ਇਸ ਗੱਲ ਨੂੰ ਨਾ ਲੈ ਲਓ ਕਿ ਕੋੜੇ ਦੇ ਖਚਰਾਂ ਦੀ ਗੱਲ ਬੇਸਿਕਲੀ ਮੇਰਾ ਕਹਿਣ ਦਾ ਮਤਲਬ ਸੀ ਕੁਆਲਿਟੀ ਆਫ ਲੈਜਿਸਲੇਚਰ ਪਰ ਉਲਟੇ ਪਾਸੇ ਉਹ ਕਹਿੰਦੇ ਨੇ ਇਸੇ ਗੱਲ ਨੂੰ ਕਿ ਜਿਹੜੇ ਖਾਸ ਸੀਗੇ ਖਾਸ ਹੋਣ ਕਰਕੇ ਤਾਂ ਨਕਾਰੇ ਗਏ ਉਹ ਜਿਹੜੇ ਆਮ ਸੀ ਸਧਾਰਨ ਸੀ ਇਹਨਾਂ ਨੂੰ ਕੁਝ ਨਹੀਂ ਆਉਂਦਾ ਸੀ ਲੋਕਾਂ ਨੇ ਕੋਈ ਗੱਲ ਨਹੀਂ ਇਹਨਾਂ ਨੂੰ ਟੈਸਟ ਕਰੋ ਉਹ ਇਸੇ ਗੱਲ ਕਰਮੀ ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਈ ਇਹਨਾਂ ਦੀ ਕਾਬਲੀਅਤ ਨੂੰ ਵੋਟ ਨਹੀਂ ਪਾਈ ਦੂਜਿਆਂ ਨੂੰ ਰਿਜੈਕਟ ਕੀਤਾ ਮੈਂ ਤੇ ਉਹੀ ਮੈਂ ਤੇ ਤਸلیم ਕਰ ਰਿਹਾ ਕਿ ਜੇ ਤੇ ਇਹਨਾਂ ਦੀ ਕਾਬਲੀਅਤ ਵੀ ਵੇਖ ਲੇਤੀ ਜਾਂਦੀ ਤੁਸੀਂ ਵੇਖੋ ਐਜੂਕੇਸ਼ਨਲ ਕੁਆਲੀਫਿਕੇਸ਼ਨ ਮੈਂ ਮੈਂ ਕਹਿ ਰਿਹਾਗਾ ਕਿ ਵੈਕਿਊਮ ਸੀਗਾ ਫਿਰ ਇਹਦਾ ਮਤਲਬ ਇਹ ਫੇਲਿਅਰ ਕਾਂਗਰਸ ਦਾ ਕਾਂਗਰਸ ਦੀਆਂ ਸਰਕਾਰਾਂ ਦਾ ਅਕਾਲੀ ਦਲ ਦਾ ਇਥੋਂ ਦੀ ਸਥਾਪਿਤ ਜਮਾਤ ਦਾ ਇਹ ਵੈਕਿਊਮ ਜਿਹੜਾ ਕ੍ਰੀਏਟ ਹੋਇਆ ਰਵਾਇਤੀ ਪਾਰਟੀਆਂ ਸਾਰੇ ਦੇਸ਼ ਦੇ ਵਿੱਚ ਇਸ ਤੋਂ ਤੁਹਾਡੇ ਜਿਹੜੇ ਕੋਈ ਜ਼ਬਰ ਜ਼ੁਲਮ ਜਾਂ ਤੁਹਾਡੀਆਂ ਜਿਹੜੀਆਂ ਘਾਟਾਂ ਕਮੀਆਂ ਜਾਂ ਤੁਹਾਡਾ ਅਨਿਆਪ ਭ੍ਰਿਸ਼ਟਾਚਾਰ ਕਿਉਂ ਕਾਰਨ ਬਣਿਆ ਵੇਖੋ ਇਹਦੇ ਵਿੱਚ ਮੈਂ ਤੇ ਆਊਟ ਆਫ ਪੰਜਾਬ ਸੀ ਤੁਹਾਨੂੰ ਪਤਾ 10-12 ਸਾਲ ਦਾ ਲਗਾਤਾਰ ਐਂਡ ਮੈਂ ਇਕੱਲਾ ਹੀ ਉਹ ਆਦਮੀ ਸੀ ਜਿਹੜਾ ਆਪੋਜੀਸ਼ਨ ਤੋਂ ਵੱਧ ਵਿਰੋਧਤਾ ਕੈਪਟਨ ਅਮਰਿੰਦਰ ਸਿੰਘ ਦੀ ਗਲਤ ਨੀਤੀਆਂ ਦੀ ਕਰਤਾ ਹੈ ਜੇ ਸਹੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸਹੀ ਮਹੀਨੇ ਦੇ ਵਿੱਚ ਸੂਬੇ ਨੂੰ ਠੀਕ ਦਿਸ਼ਾ ਦਿੰਦੇ ਐਡਮਿਨਿਸਟ੍ਰੇਸ਼ਨ ਤੇ ਪੂਰਾ ਕਾਬਜ਼ ਹੋ ਕੇ ਰਹਿੰਦੇ ਤੇ ਹੋ ਸਕਦਾ ਐਡੀ ਵੱਡੀ ਕੀਮਤ ਕਾਂਗਰਸ ਨੂੰ ਨਾ ਅਦਾ ਕਰਨੀ ਪੈਂਦੀ ਤੇ ਇਹ ਓਬਵੀਅਸਲੀ ਇਹ ਕਮੀਆਂ ਪੇਸ਼ੀਆਂ ਰਹੀਆਂ ਨੇ ਤੇ ਲੋਕਾਂ ਨੇ ਰਿਜੈਕਸ਼ਨ ਕੀਤੀ ਸਾਡੀ ਜੇ ਕਮੀਆਂ ਪੇਸ਼ੀਆਂ ਨਾ ਹੁੰਦੀ ਤਾਂ ਐਡੀ ਵੱਡੀ ਰਿਜੈਕਸ਼ਨ ਨਹੀਂ ਸੀ ਹੋਣੀ ਪਰ ਮੈਂ ਸਭ ਨਹੀਂ ਕਿਹਾ ਅੱਜ ਦਿਨ ਅੱਜ ਤੁਸੀਂ ਕੈਪਟਨ ਨਾਲ ਫਿਰ ਕਿਉਂ ਖੜੇ ਹੋ ਗਏ ਨਹੀਂ ਨਹੀਂ ਉਹ ਉਹ ਇੱਕ ਰੀਜ਼ਨ ਪਾਰਟੀ ਦਾ ਰੀਜ਼ਨ ਪਾਰਟੀ ਦਾ ਰੀਜ਼ਨ ਇਹ ਸੀ ਕਿ ਜਿਸ ਟਾਈਮ ਤੇ ਪਾਰਟੀ ਨੇ ਉਤੋਂ ਫੈਸਲਾ ਕੀਤਾ ਫੈਸਲਾ ਹੋਇਆ ਨਹੀਂ ਸੀ ਬਟ ਦੇ ਹੈਡ ਮੇਡ ਅਪ देयर ਮਾਈਂਡ ਕਿ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਣ ਲੱਗੇ ਆ ਉਸ ਟਾਈਮ ਫਿਰ ਕੈਪਟਨ ਦੀ ਮੈਨੂੰ ਬੁਲਾਵਾ ਆਇਆ ਕਿ ਪ੍ਰਤਾਪ ਇਹ ਮੈਂ ਇੰਨਾ ਚਿਰ ਆਪਾਂ ਇੱਕ ਦੂਜੇ ਨੂੰ ਪੋਸਟ ਕਰਦੇ ਰਹੇ ਹਾਂ ਬਟ ਫॉर ਦੀ ਬੈਟਰਮੈਂਟ ਆਫ ਦੀ ਪਾਰਟੀ ਮੈਂ ਚਾਹਾਂਗਾ ਕਿ ਤੁਸੀਂ ਆ ਜਾਓ ਮੈਂ ਤੁਹਾਡੇ ਨਾਲ ਕੰਮ ਕਰਕੇ ਰਾਜ਼ੀ ਹਾਂ ਮੈਂ ਨਵਜੋਦ ਨਾਲ ਕੰਮ ਕਰਕੇ ਰਾਜ਼ੀ ਨਹੀਂ ਤੋਂ ਪਾਰਟੀ ਦੀ ਬਿਹਤਰੀ ਵਾਸਤੇ ਮੈਂ ਵੀ ਸਮਝਦਾ ਸੀ ਕਿ ਜੇ ਦੋ ਸੀਜ਼ਨਡ ਬੰਦੇ ਇਕੱਠੇ ਹੋ ਜਾਣਗੇ ਹੋ ਸਕਦਾ ਪਾਰਟੀ ਦਾ ਬਚਾ ਲਾ ਨਹੀਂ ਇਹ ਗਲਤੀ ਹੋਗੀ ਸੀ ਪ੍ਰਤਾਪ ਬਾਜਬਾ ਜੀ ਜੇ ਜੇ ਨਾ ਹੁੰਦੀ ਸ਼ਾਇਦ ਪ੍ਰਤਾਪ ਬਾਜਬਾ ਚੀਫ ਮਨਿਸਟਰ ਹੁੰਦੇ ਨਹੀਂ ਨਹੀਂ ਵੇਖੋ ਚੀਫ ਮਨਿਸਟਰ ਤੇ ਜੋ ਇਹ ਪਾਰਟੀ ਨੂੰ ਗੁੱਸਾ ਆਇਆ ਹੋਏ ਇਸ ਗਲਤੀ ਨਹੀਂ ਨਹੀਂ ਕੋਈ ਗੁੱਸਾ ਨਹੀਂ ਪਾਰਟੀ ਨੇ ਜੋ ਕੁਝ ਕਰਨਾ ਸੀ ਉਹੀ ਹੋਣਾ ਸੀ ਜੋ ਅੱਗੇ ਹੋਇਆ ਪ੍ਰਤਾਪ ਸਿੰਘ ਬਾਜਵਾ ਹਾਂ ਇਹ ਮੈਂ ਮਹਿਸੂਸ ਜ਼ਰੂਰ ਕਰਨਾ ਕਿਉਂਕਿ 5 ਸਾਲ ਮੈਂ ਲਗਾਤਾਰ ਉਹਦੀ ਵਿਰੋਧਤਾ ਕੀਤੀ ਹੈ ਮੇਰੇ ਪੋਲੀਟੀਕਲੀ ਸਭ ਤੋਂ ਪਹਿਲੇ ਬੰਦੇ ਤੁਸੀਂ ਸੀ ਬੋਲਣ ਵਾਲੇ ਮੇਰੇ ਇੰਟਰਵਿਊ 'ਚ ਹੀ ਬੋਲੇ ਸੀ ਤੁਸੀਂ ਕਿਹਾ ਮੈਂ ਰਜ਼ਾਈਨ ਭੇਜਤਾ ਰਹੋ ਗਾਂਧੀ ਨੂੰ ਮੇਰੀ ਗੱਲ ਨਹੀਂ ਸੁਣਦੇ ਜਗਵਿੰਦਰ ਜੀ ਪੋਲੀਟੀਕਲੀ ਮੈਂ ਸਮੀ ਨਾ ਕਿ ਇਟ ਵਾਸ ਨਾਟ ਅ ਵਾਈਸ ਸਟੈਪ ਮੈਂ ਇਸ ਕਲਨੋਨ ਕੈਮਰੇ ਐਕਸੈਪਟ ਕਰਨ ਨੂੰ ਤਿਆਰ ਹਾਂ ਕਿ ਕਈ ਵਾਰ ਪੋਲੀਟੀਕਲ ਮੂਵਜ਼ ਗਲਤ ਵੀ ਹੋ ਜਾਂਦੀਆਂ ਨੇ ਇਟ ਵਾਸ ਅ ਰੋਂਗ ਪੋਲੀਟੀਕਲ ਮੂਵ ਉਹ ਟਾਈਮ ਨਹੀਂ ਸੀ ਕੈਪਟਨ ਦੀ ਬੇਟ ਜਿਸ ਤਰ੍ਹਾਂ ਹੁੰਦੀ ਹੈ ਕਿ ਉਹਨੇ ਬੀਡ ਸੁੱਟੀ ਹੋ ਸੀ ਕਬੂਲ ਕਰ ਲਈ ਸਾਨੂੰ ਇਹ ਸੀ ਕਿ ਜੇ ਇਹਦਾ ਤੜਾ ਤੇ ਨਾਲ ਆ ਕੇ ਖਲੋਜੇਗਾ ਤੇ ਪਾਰਟੀ ਦੀ ਲੀਡਰਸ਼ਿਪ ਐਜ਼ ਅ ਸਕੈਸਸਰ ਟੂ ਕੈਪਟਨ ਬੇਸਿਕਲੀ ਡਿਸੀਜਨ ਵਾਸ ਬੀਂਗ ਮੇਡ ਕੈਪਟਨ ਨੂੰ ਵੀ ਪਤਾ ਸੀ ਮੈਂ ਜਾ ਰਿਹਾ ਹਾਂ ਉਹਨੇ ਮੈਨੂੰ ਹਾਂ ਤੁਹਾਨੂੰ ਵੀ ਪਤਾ ਸੀ ਨਹੀਂ ਸਾਨੂੰ ਆਲਮੋਸਟ ਪਤਾ ਸੀ ਪਤਾ ਆਲਮੋਸਟ ਮੀਨਸ ਕਿ ਸਾਨੂੰ ਇਲਮ ਹੀ ਸੀ ਕਿ ਹੀ ਇਜ਼ ਔਨ ਹਿਸ ਵੇ ਆਊਟ ਤੇ ਤਿੰਨ ਮਹੀਨੇ ਤੇ ਸਾਰੇ ਰਹਿ ਗਏ ਚਾਰ ਇਹ ਸੀ ਕਿ ਇਹ ਨਾ ਜਾਏਗਾ ਤੇ ਇਸ ਤੋਂ ਅਗਲੀ ਟਰਮ ਵਿੱਚ ਦੇ ਵਿੱਚ ਤੇ ਖਤਮ ਹੀ ਹੋ ਜਾਏਗਾ ਸੋ ਉਸ ਸਕੈਸ਼ਨ ਬੈਟਲ ਦੇ ਵਿੱਚ ਜਦੋਂ ਨੇ ਮੈਨੂੰ ਸੱਦਾ ਦਿੱਤਾ ਮੈਂ ਉਹ ਸੱਦਾ ਐਕਸੈਪਟ ਕੀਤਾ ਸਾਰੇ ਐਮਪੀਜ਼ ਉਹਨੇ ਮੇਰੇ ਨਾਲ ਲਾਤੇ ਸਾਰੇ ਲੋਕ ਸਭਾ ਦੇ ਐਮਪੀ ਅਸੀਂ 8 ਸੀ ਤਿੰਨ ਸੀ ਅਸੀਂ ਰਾਜ ਦੇ 11 ਦੇ 11 ਐਮਪੀਜ਼ ਅਗਲੇ ਦਿਨ ਮੇਰੇ ਘਰ ਰਾਤ ਦੇ ਖਾਣੇ ਤੇ ਮਿਲੇ ਕੈਪਟਨ ਦੀ ਵਾਈਫ ਵੀ ਉੱਥੇ ਆਏ ਸਾਰੇ ਆਏ ਮਿਸਿਸ ਗਾਂਧੀ ਨੂੰ ਲਿਖਿਆ ਬਟ ਸਮ ਹਾਉ ਪਾਰਟੀ ਹਾਈ ਕਮਾਂਡ ਨੇ ਰਾ ਸੋਚਿਆ ਕਿ ਸਾਰੇ ਇਕੱਠੇ ਹੋ ਗਏ ਨੇ ਤੇ ਇਹਨੂੰ ਹੁਣ ਡਿਲੇ ਨਾ ਕਰੋ ਰਾਤ ਹੀ ਉਹਨਾਂ ਨੇ ਫਿਰ ਨਵਜੋਤ ਸਿੰਘ ਸਿੱਧੂ ਨੂੰ ਬਦਲਣ ਦਾ ਫੈਸਲਾ ਕਰ ਲਿਆ ਸੋ एवरीथिंग ਵੈਂਟ ਅਸਟ੍ਰੇ ਜੋ ਅੱਗੇ ਹੋਇਆ ਉਹ ਤੁਹਾਡੇ ਸਾਹਮਣੇ ਹੀ ਹੈ ਜੀ ਇਸੇ ਗੱਲ ਨੂੰ ਅਸੀਂ ਰੋਕਣਾ ਚਾਹੁੰਦੇ ਸੀ ਹੂੰ ਹੂੰ ਇਸੇ ਗੱਲ ਨੂੰ ਅਸੀਂ ਤੁਹਾਨੂੰ ਲੱਗਦਾ ਤਬਾਹੀ ਚੰਨੀ ਤੇ ਸਿੱਧੂ ਕਰਕੇ ਮੱਚੀ ਕਾਂਗਰਸ ਮੈਂ ਕੱਲੀ ਵੇਖੋ ਮੈਂ ਕਿਸੇ ਨੂੰ ਨੇਮ ਨਹੀਂ ਕਰਨਾ ਚਾਹੁੰਦਾ ਮੈਂ ਵਾਟ ਆਈ ਫੀਲ ਪਰਸਨਲੀ ਕਿ ਕੈਪਟਨ ਨੂੰ ਪਾਰਲੀਮੈਂਟ ਤੋਂ ਬਾਅਦ ਹੀ ਬਦਲ ਦੇਣਾ ਚਾਹੀਦਾ ਸੀ ਯਾ ਫਿਰ 3 ਮਹੀਨੇ ਜਿਹਦੇ ਖੀਲੇ ਰਹੇਗੇ ਸੀ ਉਹ ਸਾਨੂੰ ਵੇਟ ਕਰਨਾ ਚਾਹੀਦਾ ਮੈਂ ਸਮਝਦਾ ਕੋਈ ਟਾਈਮਿੰਗ ਗਲਤ ਹੋ ਗਿਆ ਹੂੰ ਟਾਈਮਿੰਗ ਗਲਤ ਹੋ ਗਿਆ ਉਹਦੇ ਵਿੱਚੋਂ ਨਿਕਲਿਆ ਪਾਇਆ ਕੁਝ ਨਹੀਂ ਫਿਰ ਤਿੰਨ ਆ ਗਏ ਤਿੰਨੋ ਚੀਫ ਮਿਨਿਸਟਰੀ ਦੇ ਕੈਂਡੀਡੇਟ ਸੀ ਤਿੰਨੋ ਹੀ ਇੱਕ ਦੂਜੇ ਦੇ ਫਿਰ ਕੱਪੜੇ ਉਢੇੜਨ ਚ ਲੱਗ ਪਏ ਤੇ ਕੰਮ ਨਿਪਟ ਗਿਆ ਜੀ ਤੁਹਾਡੇ ਵਰਗੇ ਸੀਜ਼ਨਡ ਪੋਲੀਟਿਸ਼ੀਅਨ ਤੋਂ ਐਡੀ ਵੱਡੀ ਗਲਤੀ ਹੋ ਜੇ ਇਹ ਮੇਰੇ ਕੋਲ ਗਲਤੀ ਪੋਲੀਟੀਕਲ ਗਲਤੀ ਜਿਹੜੀ ਹੋਈ ਤੁਹਾਡੀ ਕੈਪਟਨ ਦੇ ਨਾਲ ਬੈਠਣ ਵਾਲੀ ਹਰੀਆਂ ਪੱਗਾਂ ਬਣੀ ਹੋਈ ਦੋਮਾਂ ਦੇ ਤੁਹਾਡੀ ਮੇਰੀ ਸੁਣ ਲੋ ਹਰੀ ਹੋਏ ਭਾਵੇਂ ਨੀਲੀ ਹੋਏ ਕਿਸਾਨ ਦੋਨੋਂ ਚੱਲ ਰਹੀ ਸੀ ਮੈਂ ਤਾਂ ਕਹਿ ਰਿਹਾ ਨਹੀਂ ਮੇਰੀ ਕਿ ਸਮਝਣ ਦੀ ਕੋਸ਼ਿਸ਼ ਕਰੋ ਇਹੀ ਗਲਤੀ ਰੋਕਣ ਵਾਸਤੇ ਇਕੱਠੇ ਹੋਏ ਸੀ ਜਿਹੜੀ ਅਲਟੀਮੇਟਲੀ ਹੋਈ ਜਿਹੜੀ ਅਲਟੀਮੇਟਲੀ ਗਲਤੀ ਹੋਈ ਇਹੀ ਰੋਕਣ ਵਾਸਤੇ ਕੋਸ਼ਿਸ਼ ਸੀ ਜੇ ਸਕੈਸ਼ਨ ਬੈਟਲ ਦੇ ਵਿੱਚ ਇਹ ਅਲਟੀਮੇਟਲੀ ਗਲਤੀ ਹੈ ਜਿਹੜੀ ਉਹ ਹਾਈ ਕਮਾਂਡ ਨੇ ਕੀਤੀ ਮੈਂ ਨਹੀਂ ਕੁਝ ਕਹਿ ਸਕਦਾ ਕਿੱਥੋਂ ਹੋਈ ਜਿੱਥੇ ਵੀ ਹੋਈ ਹੋਈ ਸਮਝੋ ਇੱਕ ਜਦੋਂ ਵੀ ਆਪਾਂ ਕੋਈ ਫੈਸਲਾ ਕਰਨ ਨੇ ਮੈਂ ਸਭੇ ਨਾਲ ਕਿ ਉਹ ਟੈਂਜਿਬਲ ਰਿਜ਼ਲਟ ਜਦੋਂ ਨਹੀਂ ਆਏ ਤਾਂ ਆਬਸਲੀ ਫਿਰ ਉਹ ਗਲਤੀ ਹੋਈ ਜੀ ਹੂੰ ਟੈਂਜੀਬਲ ਰਿਜ਼ਲਟ ਨਹੀਂ ਆਏ ਅਸੀਂ ਬਹੁਤ ਲੇਟ ਕਰ ਦਿੱਤਾ ਵੇਖੋ ਕੈਪਟਨ ਇਜ਼ ਰਿਸਪੋਨਸਿਬਲ ਜੋ ਅੱਜ ਪੰਜਾਬ ਦੇ ਵਿੱਚ ਕਾਂਗਰਸ ਦਾ ਹਾਲ ਹੋਇਆ ਤੇ ਇਹ ਆਏ ਨੇ ਇਹ ਬੇਸਿਕਲੀ ਕੈਪ ਮੈਂ ਹੀ ਪੁੱਛ ਰਿਹਾ ਕਾਂਗਰਸ ਦਾ ਹਾਲ ਬਹੁਤ ਵਧੀਆ ਸੀਗਾ ਕਾਂਗਰਸ ਅੱਪ ਜਾ ਰਹੀ ਸੀਗੀ ਇਹ ਕਿਹਾ ਵੀ ਜਾਂਦਾ ਕਿ ਜੇ ਕੁਝ ਬਹੁਤ ਸਾਰੇ ਲੋਕਾਂ ਦੇ ਕਾਂਗਰਸ ਦੀਆਂ 40 ਆ ਸਕਦੀਆਂ ਸੀਗੀਆਂ ਐ ਆਮ ਤੌਰ ਤੇ ਇੱਕ ਚਰਚਾ ਹੁੰਦੀ ਹੈ ਪੋਲਿਟੀਕਲ ਗਲੇਰੀਆ ਮੈਂ ਸਮਝਦਾ ਕਿ ਵੇਖੋ ਇੱਕ ਚੰਗੀ ਤਰ੍ਹਾਂ ਯਾਦਵੰਦ ਜੀ ਸਮਝ ਕੀ ਇਹਦਾ ਕਾਰਨ ਮੈਂ ਤੁਹਾਡੇ ਸਿੱਧਾ ਪੁੱਛ ਰਿਹਾ ਕੀ ਇਹਦਾ ਕਾਰਨ ਜਿਹੜੀਆਂ ਇਹ ਦੋ ਗਲਤੀਆਂ ਨੇ ਪ੍ਰਧਾਨ ਵਾਲੀ ਤੇ ਮੁੱਖ ਮੰਤਰੀ ਵਾਲੀ ਇਹ ਆ ਨਹੀਂ ਨਹੀਂ ਇਹ ਹੀ ਨਹੀਂ ਮੈਨੂੰ ਸਮਝ ਨਾ ਕਿ ਟਾਈਮਿੰਗ ਗਲਤ ਹੋ ਗਿਆ ਕੈਪਟਨ ਮਰਿੰਦਰ ਸਿੰਘ ਨੇ 5 ਸਾਲ ਘਰੋਂ ਹੀ ਨਹੀਂ ਨਿਕਲੇ ਸੀ ਕਾਂਗਰਸ ਨੇ ਕਾਡਰਜ਼ ਨੂੰ ਮੂੰਹ ਹੀ ਨਹੀਂ ਲਾਇਆ ਕਿਸੇ ਦਾ ਕੰਮ ਨਹੀਂ ਕੀਤਾ ਕਾਂਗਰਸ ਦਾ ਕਾਡਰ ਮਯੂਜ਼ ਹੋ ਗਿਆ ਜਦੋਂ ਤੁਹਾਡਾ ਫੌਜ ਸੋਲજર ਲੜਨ ਤੋਂ ਇਨਕਾਰ ਕਰਦੇ ਉਦੋਂ ਜਿੰਨੇ ਮਰਜ਼ੀ ਤਗੜੇ ਜਰਨੈਲ ਹੋਣ ਰਿਜ਼ਲਟ ਨਹੀਂ ਆ ਸਕਦਾ ਸੋ ਕੈਪਟਨ ਅਮਰਿੰਦਰ ਸਿੰਘ ਨੂੰ ਮਿਡ ਟਰਮ ਜਦੋਂ ਪਾਰਲੀਮੈਂਟ ਪੋਲ ਹੀ ਹੋਈ ਉਦੋਂ ਹੀ ਮਿਸਿਸ ਗਾਂਧੀ ਨੂੰ ਇਹਨੂੰ ਬੁਲਾ ਕੇ ਸਮਝਾ ਕੇ ਜਾਂ ਜੋ ਮਰਜ਼ੀ ਕਰਕੇ ਇਹਨਾਂ ਨੂੰ ਰਸਤਾ ਬਣਾ ਦਿੰਦੇ ਨਵੇਂ ਬੰਦੇ ਕੋ ਢਾਈ ਸਾਲ ਦਾ ਟਾਈਮ ਹੁੰਦਾ ਜਾਂ ਸਵਾ ਦੋ ਸਾਲ ਦਾ ਟਾਈਮ ਹੁੰਦਾ ਤੇ ਥਿੰਗਸ ਊਡ ਹਵ ਬੀ ਇਹ ਨਹੀਂ ਸੀ ਆ ਸਕਦੇ ਕਦੀ ਇਹ ਬੇਸਿਕਲੀ ਉਦੋਂ ਆਏ ਜਦੋਂ ਕੈਪਟਨ ਨੂੰ ਅਸੀਂ ਹਟਾ ਦਿੱਤਾ ਕੈਪਟਨ ਪਾਰਟੀ ਛੱਡ ਕੇ ਤੁਰ ਗਿਆ ਸਿੱਧੂ ਤੇ ਚੰਨੀ ਲੜਨਾ ਲੱਗੇ ਸੈਂਸ਼ਨ ਸ਼ੁਰੂ ਹੋ ਗਏ ਤਿੰਨ ਪਾਸੇ ਲੜਾਈ ਸ਼ੁਰੂ ਹੋ ਗਈ ਇੱਕ ਪਾਸੇ ਨਹੀਂ ਜਾਖੜ ਉਹਨਾਂ ਦੇ ਬਿਆਨ ਆਉਣ ਲੱਗੇ ਆਹ ਲੱਗ ਪਈ ਤਿੰਨ ਬੰਦੇ ਸੀ ਇੱਕ ਪਾਰਟੀ ਦਾ ਕੰਪੇਨ ਕਮੇਟੀ ਦਾ ਚੇਅਰਮੈਨ ਸੀ ਇੱਕ ਪ੍ਰਧਾਨ ਸੀ ਇੱਕ ਜੀ ਮੰਤਰੀ ਸੀ ਇੱਕ ਦੂਜੇ ਤੇ ਜਦੋਂ ਤੁਸੀਂ ਤਿੰਨੋਂ ਹੀ ਡਿਫਰੈਂਟ ਡਾਇਰੈਕਸ਼ਨਾਂ 'ਚ ਭਜੜਨੇ ਸ਼ੁਰੂ ਕਰ ਜੋ ਇਹ ਪੁਰਾਣੇ ਵਕਤ ਤੁਸੀਂ ਰੋਮਨ ਗੇਮਸ ਦੇ ਵਿੱਚ ਚੈਰੀਟ ਭਜਦੇ ਨੇ ਦੇ ਵੱਡੇ ਉਹ ਘੋੜੇ ਭਜਦੇ ਤਿੰਨ ਤਿੰਨ ਘੋੜੇ ਇੱਕ ਇੱਕ ਉਹਨੂੰ ਰੱਥ ਨੂੰ ਲੈ ਕੇ ਜਾਂਦੇ ਸੀ ਜੇ ਤਿੰਨ ਇੱਕ ਡਾਇਰੈਕਸ਼ਨ ਭੱਜਣ ਦੇ ਬਜਾਏ ਵੱਖਰੀਆਂ ਡਾਇਰੈਕਸ਼ਨਾਂ 'ਚ ਭੱਜਣਗੇ ਤੇ ਰੱਥ ਜਿਹੜਾ ਵਿੱਚੋਂ ਫੇਰੋ ਦੁਫਾੜ ਹੋ ਜਾਏਗਾ ਇਹ ਦੁਫਾੜੀ ਹੋਇਆ ਕਾਂਗਰਸ ਦਾ ਇਹ ਦਿਸ ਇਜ਼ ਕੈਪਟਨ ਮਰਿੰਦਰ ਸਿੰਘ ਭਾਜ ਰਹੇ ਨੇ ਕਿਵੇਂ ਦੇਖ ਰਹੇ ਹੋ ਇਹਨਾਂ ਕੋਲ ਚਾਰੇ ਇਹ ਤਾਂ ਪਹਿਲੇ ਤੇ ਜਾ ਚੁੱਕੇ ਨੇ 6 ਮਹੀਨੇ ਪਹਿਲੇ ਕੈਪਟਨ ਮਰਿੰਦਰ ਸਿੰਘ ਜੁਆਇੰਟ ਕੈਂਡੀਡੇਟ ਪਟਿਆਲੇ ਤੋਂ ਉਹਨਾਂ ਦੇ ਸਾਥੀ ਸਾਰੇ ਲੜੇ ਨੇ ਕੈਪਟਨ ਸਾਹਿਬ ਕੋ ਹੁਣ ਹੋਰ ਕੋਈ ਚੱ ਰਹੀ ਹੈ ਨਹੀਂ ਜੀ ਪਾਰਟੀ ਵੇਖੋ ਹੀ ਇਸ ਗੋਨ ਟੂ 올ਡ ਪਿੱਛੇ ਉਹਨਾਂ ਦਾ ਕੋਈ ਬੰਦਾ ਨਹੀਂ ਜਿਹੜਾ ਉਨ੍ਹਾਂ ਦੀ پارٹی ਜੋ ਸੋ ਕਾਲਡ ਪਾਰਟੀ ਜੋ ਵੀ ਇਹ ਨੂੰ ਚਲਾ ਸਕੇ ਤੋਂ ਵਿਲੰਮ ਕਰਨਾ ਹੀ ਠੀਕ ਹੈ ਇਹਦੇ ਵਿੱਚ ਇਹਨਾਂ ਨੂੰ ਇਹ ਸੌਦੇ ਚ ਕੋਈ ਨਾ ਕੁਝ ਮਿਲ ਜਾਏਗਾ ਜੀ ਤੁਹਾਡੀ ਪਾਰਟੀ ਦਾ ਕੀ ਹਾਲ ਹੈਗਾ ਨਹੀਂ ਸਾਡੀ ਪਾਰਟੀ ਵੀ ਇਸ ਟਾਈਮ ਵੇਖੋ ਮੁਸ਼ਕਲ ਕੜੀ ਚ ਹੈ ਇਹ ਕੱਲੀ ਕਾਂਗਰਸ ਵਾਸਤੇ ਪਹਿਲੀ ਵਾਰ 75 ਸਾਲਾਂ ਚ ਇਸ ਕਿਸਮ ਦੀ ਪੋਜੀਸ਼ਨ ਆਈ ਹੈ ਜਿੱਥੇ ਅਸੀਂ ਕਾਫੀ ਹੱਦ ਤੱਕ ਮਜ਼ਬੂਤੀ ਵਿੱਚ ਅਜੇ ਹੈ ਨਹੀਂ ਬਟ ਪੈਂ ਸਾ ਬਈ ਨਾ ਆਂਦੇ ਟਾਈਮ ਦੇ ਵਿੱਚ ਵੇਖੋ ਜੇ ਤੁਸੀਂ 84 ਦੀ ਗੱਲ ਕਰੀਏ ਮੈਂ ਤੁਹਾਨੂੰ ਅੱਗੇ ਵੀ ਇਹ ਗੱਲ ਅੱਗੇ ਵੀ ਜ਼ਿਕਰ ਕੀਤਾ ਕਈ ਵਾਰ ਇੱਕ ਟਾਈਮ ਸੀ ਜਦੋਂ ਰਜੀਵ ਗਾਂਧੀ ਪ੍ਰਾਈਮ ਮਿਨਿਸਟਰ ਬਣਦੇ ਨੇ 414 ਪਾਰਲੀਮੈਂਟ ਦੀਆਂ ਸੀਟਾਂ ਕਾਂਗਰਸ ਨੇ ਜਿੱਤੀਆਂ ਭਜਪਾ ਕੋ ਦੋ ਸੀ ਫਿਰ ਡੋਨੀ ਸਾਹਿਬ ਆਪਣੀ ਰਾਤ ਯਾਤਰਾ ਕਰਦੇ ਨੇ 184 85ਾਂ ਤੇ ਆ ਜਾਂਦੀ ਹੁਣ ਰਾਹੁਲ ਗਾਂਧੀ ਜੀ ਭਾਰਤ ਜੋੜੋ ਦੀ ਆਪਣੀ ਯਾਤਰਾ ਤੇ ਨਿਕਲੇ ਨੇ ਅਸੀਂ ਵੀ ਹੋ ਸਕਦਾ 552 ਤੋਂ ਕਿਤੇ ਬਹੁਤ ਚੰਗੇ ਨੰਬਰਾਂ ਵਾਲ ਚਲੇ ਜਾਈਏ ਪ੍ਰਕੇਰੀਵਾਲ ਰਾਗਵ ਚੱਡਾ ਨੀ ਸੁਦੀਆ ਕਹਿੰਦੇ ਨੇ ਭਵਿੱਖ ਤਾਂ ਆਮ ਆਦੀ ਪਾਰਟੀ ਆ ਭਵਿੱਖ ਤਾਂ ਕੇਜਰੀਵਾਲ ਨੇ راہਲ ગાંધી ਨਹੀਂ ਆ ਤੈਨੂੰ ਵੇਖੋ ਤੁਸੀਂ ਗੱਲ ਨਹੀਂ ਸਮਝਦੇ ਹਰ ਆਦਮੀ ਨੇ ਆਪਣੀ ਦੁਕਾਨ ਲਾ ਕੇ ਰੱਖੀ ਉਹਨੇ ਆਪਣੇ ਗੁੱਡਸ ਵੇਚਣੇ ਨੇ ਉਹਨੇ ਆਪਣੀ ਚੀਜ਼ ਵੇਚਣੀ ਹੈ ਹਰ ਟੈਲੀਵਿਜ਼ਨ ਚੈਨਲ ਵਾਲਾ ਕਹਿੰਦਾ ਸਾਰਿਆਂ ਨੂੰ ਬੈਸਟ ਟੈਲੀਵਿਜ਼ਨ ਮੇਰਾ ਇਹ ਦੀ ਸਾਰਿਆਂ ਨਾਲ ਦੇ ਟਿਊਬ ਮੇਰੇ ਵਾਲੇ ਦੀ ਚੱਲੇਗੀ ਇਹ ਤੁਹਾਨੂੰ ਲੈ ਜਿਹੜਾ ਵੀ ਤੁਸੀਂ ਵੇਖੋ ਤੁਹਾਡੇ ਆਏ ਵਾਸਤੇ ਸੋਰ ਨਹੀਂ ਹੋਏ ਕਿਸੇ ਹਰ ਚੀਜ਼ ਹੈ ਇਥੇ ਜਿਸ ਦਾ ਹੁਣ ਏਨੇ ਚੈਨਲਸ ਨੇ ਤੇ ਇੰਨੀਆਂ ਜੋ ਬਾਤਾਂ ਨੇ ਜੀ ਹਰ ਪਾਰਟੀ ਆਪਣੀ ਗੱਲ ਤੇ ਕਰੇ ਮੈਂ ਪੁੱਛ ਰਿਹਾਗਾ ਕਿ ਇੱਕ ਥਿਊਰੀ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਬਰਾਬਰ ਪੈਰਾਂ ਲਾਖੜੀ ਗੁਜਰਾਤ ਦੇ ਅੰਦਰ ਆਮ ਆਦਮੀ ਪਾਰਟੀ ਭਾਰ ਜਲੋ ਯਾਤਰਾ ਸ਼ੁਰੂ ਹੋਈ ਕੇਜਰੀਵਾਲ ਨੇ ਆਪਣਾ ਦਿੱਲੀ ਸਮਾਗਮ ਸਦ ਲਿਆ ਕੇਜਰੀਵਾਲ ਵੀ ਐਕਟਿਵ ਹੋ ਗਿਆ ਹਰਿਆਣੇ 'ਚ ਵੀ ਆਏ ਆਮ ਆਦਮੀ ਪਾਰਟੀ ਬਦਲ ਬਣਨਾ ਚਾਹੁੰਦੀ ਹੈ ਯਾਨੀ ਪੂਰੇ ਦੇਸ਼ 'ਚੋਂ ਕਾਂਗਰਸ ਖਤਮ ਕਾਂਗਰਸ ਦੀ ਥਾਂ ਆਮ ਆਦਮੀ ਪਾਰਟੀ ਪੰਜਾਬ 'ਚ ਹੋ ਗਏ ਉਹ ਉਹ ਕਹਿੰਦੇ ਸੀ ਹਿਮਾਚਲ 'ਚ ਵੀ ਹੋ ਜਾਏ ਕੋਈ ਰਾਜ 'ਚ ਵੀ ਤੁਸੀਂ ਕਿਵੇਂ ਦੇਖ ਰਹੇ ਹੋ ਇਹ देखो यादवते जी कुछ हद तक ਸਾਡੀਆਂ ਆਪਣੀਆਂ ਗਲਤੀਆਂ ਜੜੀਆਂ ਨੇ ਵੱਡੇ ਪੇਮਾਨੇ ਤੇ ਸਾਡੀ ਗਲਤੀ ਕਰਨਾ ਆ ਪਾਈ ਨਹੀਂ ਤੇ ਇਹ ਦਿੱਲੀ ਤੱਕ ਹੀ ਸੀਮਤ ਸੀ ਦਿੱਲੀ ਤੋਂ ਅੱਗੇ ਨਹੀਂ ਸੀ ਜਾਣੀ ਬਟ ਇਹਨਾਂ ਦਾ ਮਾਰਚ ਰੁਕ ਜਾਏਗਾ ਕਾਰਨ ਕੀ ਹੈ ਜੇ ਤੇ ਇਮਾਨਦਾਰ ਹੁੰਦੇ ਜੇ ਤੇ ਠੰਮੇ ਨਾਲ ਚੱਲਦੇ ਕੀਤੇ ਹੋਏ ਵਾਅਦਿਆਂ ਨੂੰ ਨਿਭਾਉਂਦੇ ਕੁਆਲਿਟੀ ਦੇ ਬੰਦੇ ਕੇਜਰੀਵਾਲ ਸਾਹਿਬ ਲੈ ਕੇ ਤੇ ਕੁਆਲਿਟੀ ਦਾ ਤਾਂ ਬੰਦਾ ਹੀ ਕੋਈ ਨਹੀਂ ਭਗਵਾਨਤਮਨ ਕੰਪਲੀਟ ਫੇਲਿਅਰ ਹੈ ਰਬਰਟ ਸਟੈਂਪ ਤੇ ਇਸ ਟੈਮਪੋ ਗਵੰਤਮਾਨ ਭਗਵੰਤ ਮਾਨ ਚੀ ਮਿਨਿਸਟਰ ਦੇ ਜੇ ਕਾਬਲ ਹੁੰਦਾ ਤੇ ਰਗਵ ਚੱਡੇ ਦੀ ਕਿ ਸੰਗਲ ਚੱਲਦੀ ਹੁੰਦੀ ਸੀ ਵੇਖੋ 50 ਨੰਬਰ ਕੋਠੀ ਭਗਵੰਤ ਮਾਨ ਨੇ ਰਗਵ ਚੱਡੇ ਨੂੰ ਦਿੱਤੀ ਡੀਜੀਪੀ ਭਾਵੇਂ ਚੀਫ ਸੈਕਟਰੀ ਹੋਏ ਭਾਵੇਂ ਈਜੀ ਹੋਏ ਭਾਵੇਂ ਤੁਹਾਡੇ ਇੰਡਸਟ੍ਰੀਅਲਿਸਟ ਹੋਣ ਭਾਵੇਂ ਪੰਜਾਬ ਦੀਆਂ ਮਾਲਦਾਰ ਸਾਮੀਆਂ ਹੋਣ ਸਾਰੇ ਬੰਦੇ ਭਾਵੇਂ ਚੇਅਰਮੈਨ ਇੰਪਰੂਵਮੈਂਟ ਅਸਟ ਹੋਣ ਭਾਵੇਂ ਕਾਰਪੋਰੇਸ਼ਨਾਂ ਦੇ ਹੋਣ ਭਾਵੇਂ ਮੰਤਰੀ ਹੋਣ ਸਾਰੇ ਤੇ ਰਗਵ ਚੱਡੇ ਕੋ ਹਾਜ਼ਰੀ ਭਰਦੇ ਨੇ ਗਵੰਦਮਾਨ ਕੋ ਤੇ ਜਾਂਦਾ ਕੋਈ ਨਹੀਂ 6 ਵਜੇ ਤੇ ਵਾਲੀਬਾਲ ਖੇਡਣਾ ਸ਼ੁਰੂ ਕਰ ਦਿੰਦਾ ਆਪਣੇ ਘਰ ਆਪਣੇ ਗਾਰਡਨ ਦੇ ਨਾਲ ਜਾਂ ਆਪਣੇ ਪੀਏ ਦੇ ਨਾਲ 5 6 ਬੰਦੇ ਨੇ ਤਿੰਨ ਗਾਰਡ ਨੇ ਦੋ ਪੀਏ ਨੇ ਵਾਲੀਬਾਲ ਖੇਡਣਾ ਸ਼ੁਰੂ ਕਰ ਦਿੰਦੇ ਤੇ ਬਾਕੀ ਦਾ ਕੰਮ ਓਵਰ ਹੋ ਜਾਂਦਾ 7 ਵਜੇ ਤੱਕ ਕੰਮ ਤੇ ਸਾਰਾ ਦਾ ਜਿਹੜਾ ਚਰਚਾ ਕਰਦੇ ਇਕੱਠੇ ਰਹੋ ਤੁਹਾਡੇ ਦੋਸਤ ਰਹੇ ਨੇ ਗਵੰਦਮਾਨ ਨਹੀਂ ਤੇ ਅਜੇ ਵੀ ਦੋਸਤ ਨੇ ਮੈਂ ਕਦੋਂ ਕਹਿ ਰਿਹਾ ਦੋਸਤ ਨੇ ਬਟ ਦੋਸਤ ਦੇ ਹੱਥਵਾਸੀ ਕੋਈ ਨਹੀਂ ਜੇਬ ਦੇ ਵਿੱਚ ਪੈਣ ਨੇ ਪਹਿਲੇ ਹੱਥੋਂ ਹੀ ਨਹੀਂ ਇਹਨਾਂ ਤੇ ਪੈਣ ਦਿੱਤਾ ਤੇ ਜੇ ਪੈਨਲ ਰੱਖਿਆ ਤੇ ਉਹਦੇ ਵਿੱਚ ਨਿਬ ਨਹੀਂ ਜੇ ਨਿਬ ਹੈ ਤੇ ਉਹਦੇ ਵਿੱਚ ਇਨਕ ਨਹੀਂ ਤੂੰ ਇਸ ਗੱਲ ਕਹਨ ਸਾਰਾ ਕੰਮ ਰਗਵ ਚੱਡੇ ਦੇ ਹੱਥ ਚ ਇਹਨਾਂ ਦੇ ਤਾਂ ਕੁਝ ਹੈ ਹੀ ਕੋਈ ਨਹੀਂ ਭਗਵੰਤ ਮਾਨ ਨੇ ਅੱਜ ਹੀ ਕਿਹਾਗਾ ਕਿ ਮੈਂ ਤਾਂ ਲੱਗਿਆ ਹੋਇਆਗਾ ਮੈਂ ਤਾਂ ਬੜਾ ਦਿਲੋਂ ਲੱਗਿਆ ਹੋਇਆ ਜਦੋਂ ਬੀਐਮਡਬਲਯੂ ਵਾਲੀ ਗੱਲ ਹੋਈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਪੰਜਾਬ ਨੂੰ ਠੀਕ ਕਰਨ ਦੇ ਲਈ ਉਮੀਦਾਂ ਦੇ ਲਈ ਲੱਗੇ ਹੋਏ ਹਾਂਗੇ ਉਹ ਸਟੇਟਸ ਪਾਉਂਦੇ ਨੇ ਤੁਹਾਨੂੰ ਲੱਗਦਾ ਤੁਹਾਨੂੰ ਮੈਂ ਤਾਂ ਇਹੀ ਕਹ ਰਿਹਾ ਤੁਹਾਡੀ ਦੋਸਤੀ ਵੀ ਰਹੀ ਹੈ ਤੁਹਾਨੂੰ ਕੋਈ ਯਕੀਨ ਹੈ ਹੋਪ ਹੈ ਜਾਂ ਤੁਸੀਂ ਖਜਰ ਚ ਪਏ ਨੇ ਟਕਨਾ ਟਾਈਮ ਪਏ ਸਰਕਾਰ 6 ਮਹੀਨੇ ਹੋ ਗਏ ਸਾਢੇ 4 ਸਾਲ ਪਹਿਨ 1% ਵੀ ਹੋ ਪਣੀ ਇੱਕ ਪਰਸੈਂਟ ਵੀ ਹੋ ਪਣੀ ਕਾਰਨ ਕੀ ਹੈ ਕਿ ਇਹਦੀ ਪਾਰਟੀ ਇਹਦੇ ਨਾਲ ਨਹੀਂ ਕੇਜਰੀ ਵਾਲੇ ਦੇ ਨਾਲ ਨਹੀਂ ਜਮਾਤ ਦੇ ਨਾਲ ਨਹੀਂ ਤੇ ਜਿੱਥੇ ਲੈ ਕੇ ਗਏ ਨੇ ਵੇਖੋ ਚੀਫ ਜਿੱਥੇ ਭਗਵਤ ਮਾਨ ਜੀ ਕਿ ਉੱਥੇ ਤੇ ਮੇਲਾ ਸੀ ਇੱਕ ਜਰਮਨੀ ਦੇ ਵਿੱਚ ਇਸ ਸਾਲ ਦਾ ਇਸ ਕਿਸਮ ਦੇ ਮੇਲੇ ਜਰਮਨੀ ਚ ਯੂਰਪ ਚ ਅਮਰੀਕਾ ਚ ਲੱਗਦੇ ਜਿੱਤੇ ਸਾਰੇ ਵੱਡੇ ਜਿਸਾ ਪ੍ਰਗਤੀ ਮਧਾਨ ਚ ਦਿੱਲੀ ਸਾਡੇ ਲੱਗਦਾ ਉੱਥੇ ਚਲੇ ਗਏ ਨੇ ਮੈਂ ਇਸ ਤੋਂ ਪਹਿਲੇ ਇੱਕ ਇੰਟਰਵਿਊ 'ਚ ਕਹਤਾ ਸੀ ਕਿਉਂਕਿ ਨਵੇਂ ਆਪਣੇ ਪਰਿਵਾਰ ਦੇ ਨਾਲ ਇਹ ਪਹਿਲੀ ਵਾਰ ਉਹਨਾਂ ਨੂੰ ਬਾਹਰ ਘੁਮਾਣ ਫਰਾਣ ਲੈ ਕੇ ਜਾ ਰਹੇ ਨੇ ਐਟ ਦੀ ਕਾਸਟ ਆਫ ਦੀ ਸਟੇਟ ਐਕਸੈਕਰ ਉਹਨਾਂ ਨੇ ਕਿਹਾ ਚਲੋ ਆਓ ਛੁੱਟੀਆਂ ਤੁਹਾਨੂੰ ਗਟਾ ਲਈਏ ਬਟ ਬਾਹਰ ਛੁੱਟੀ ਜਾਣ ਵਾਸਤੇ ਕੋਈ ਨਾ ਕੋਬਾਨਾ ਤੇ ਛੁੱਟੀ ਤਾਂ ਰੱਖਣਾ ਪੈਂਦਾ ਜਿੰਨੇ ਅਫਸਰ ਜਾਂਦੇ ਅਸੀਂ ਵੀ ਕਈ ਵਾਰ ਗਏ ਕੱਢਣ ਪਾ ਨੂੰ ਕੁਝ ਵੀ ਨਹੀਂ ਹੁੰਦਾ ਲਿਆਂ ਨੂੰ ਕੁਝ ਨਹੀਂ ਹੁੰਦਾ ਆਣਾ ਕੁਝ ਵੀ ਨਹੀਂ ਸੀ ਬਟ ਇਹ ਸੀ ਕਿ ਜੇ ਸਟੇਟਸ ਨਾ ਪਾਉਂਦੇ BMW ਵਾਲਾ ਵੈਸੇ ਵੀ ਘੁੰਮ ਫਿਰ ਕੇ ਆ ਜਾਂਦੇ ਕਹਿੰਦੇ ਸਾਡੀ ਗੱਲਬਾਤ ਚੱਲਦੀ ਹੈ ਤੇ ਕਿਸੇ ਨੇ ਕੀ ਕਹਿਣਾ ਸੀ ਇਹਨਾਂ ਨੇ ਸਟੇਟਸ ਪਾਤਾ ਉਹ ਅਗਲੇ ਦਿਨ ਮੁਕਰ ਗਏ ਕਿ ਸਾਡਾ ਤਾਂ ਕੋਈ ਇੱਥੇ ਆਂਦਾ ਕੋਈ ਤੁੱਕੀ ਨਹੀਂ ਪਾਂਦਾ ਨਾ ਅਸੀਂ ਆਣਾ ਹੀ ਸੋ ਉਹਦੇ ਨਾਲ ਮੈਂ ਸਭ ਨੇ ਜਿਹੜੀ ਗਰਮ ਹੈ ਮੇਰੇ ਕੋ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਹੁਣ ਵੀ ਬੇਨਤੀ ਕਰੂੰਗਾ ਸਾਡੇ ਛੋਟੇ ਵੀਰ ਕਿਰਪਾ ਕਰਕੇ ਤੁਹਾਡੇ ਤੋਂ ਬਾਅਦ ਵੀ ਬਹੁਤ ਸਾਰੇ ਮੁੱਖ ਮੰਤਰੀ ਆਣੇ ਨੇ ਤੁਹਾਡੇ ਤੋਂ ਪਹਿਲੇ ਵੀ ਆਏ ਕਿਰਪਾ ਕਰਕੇ ਉਹ ਜਿਹੜੀ ਚੇਅਰ ਹੈ ਗਰੀਮਾ ਹੈ ਜਿਹੜੀ ਕੁਰਸੀ ਦੀ ਉਹਨੂੰ ਬਹਾਲ ਜ਼ਰੂਰ ਰਹਿੰਦੋ ਉਹਦੀ ਪੋਜੀਸ਼ਨ ਹਸੋ ਹੀਣੀ ਨਾ ਬਣਾ ਦੋ ਉਹਨੂੰ ਕੰਪਰੋਮਾਈਜ਼ ਨਾ ਕਰੋ ਕਿਉਂਕਿ ਚੀ ਮਿਸਟਰ ਪੰਜਾਬ ਜਿਹੜਾ ਪਰ ਉਹ ਤਾਂ ਕਹਿੰਦੇ ਆ ਕਿ ਆਪਰੇਸ਼ਨ ਲੋਟਸ ਹੋ ਰਿਹਾ ਸਾਡੀ ਸਰਕਾਰ ਤੋੜਨ ਦੀ ਕੋਸ਼ਿਸ਼ਾਂ ਹੋ ਰਹੀਆਂ ਕਾਂਗਰਸ ਚ ਬੈਠੀਏਗੀ ਯਾਨੀ ਕਾਂਗਰਸ ਉਹਨਾਂ ਨੇ ਕਾਂਗਰਸ ਦੇ ਉੱਤੇ ਬਕਾਇਦਾ ਤੌਰ ਤੇ ਸਟੇਟਮੈਂਟ ਜਾਰੀ ਕੀਤੀ ਹੈ ਨਹੀਂ ਤੇ ਕਾਂਗਰਸ ਆਪਣੇ ਲੱਕ ਨਾ ਬੰਬ ਬੰਨ ਕਰਕੇ ਤੇ ਬਟਨ ਨਾ ਪਾ ਦੇ ਜੀ ਕਾਂਗਰਸ ਕੀ ਕਰੇ ਕਹਿੰਦੇ ਡੈਮੋਕ੍ਰੇਸੀ ਦਾ ਕਾਣ ਹੋ ਰਿਹਾ ਕਾਂਗਰਸ ਨੂੰ ਬੋਲਣਾ ਚਾਹੀਦਾ ਉਹ ਖਰੀਦਣ ਨੂੰ ਤਿਆਰ ਨੇ ਵੇਚਣ ਨੂੰ ਤਿਆਰ ਨੇ ਤੇ ਕਾਂਗਰਸ ਉੱਥੇ ਆਲੇ ਦੁਆਲੇ ਕੀ ਕਰੇਗੀ ਫਿਰ ਜੀ ਵੇਚਣ ਨੂੰ ਤਿਆਰ ਸੀ ਤੇ ਫਿਰ ਤਾਂ ਹੋ ਗਿਆ ਸਾਰਾ ਕੰਮ ਮੇਰੀ ਸੁਣ ਲਓ ਅਜੇ ਜਾਜ਼ ਲੱਗਾ ਨਹੀਂ ਯਾਦਵਿੰਦਰ ਜੀ ਮਹਾਰਾਸ਼ਟਰਾ ਵਾਲਾ ਜਾਜ਼ ਆਣਾ ਮੈਂ ਅਸੈਂਬਲੀ ਚ ਵੀ ਬੋਲ ਦੇ ਕਿਹਾ ਸੀ ਕਿ ਭਗਵੰਤ ਮਾਨ ਜੀ ਸਾਡੇ ਤੇ ਕੋਈ ਖਤਰਾ ਨਹੀਂ ਤਨ ਉਹ ਜਿਹੜੇ ਗੋਠੇ ਚ ਦੋ ਬੈਠੇ ਨੇ ਨਾ ਭਾਜਪਾਈ ਇਹਨਾਂ ਦਾ ਧਿਆਨ ਰੱਖੀ ਇਹ ਜਦ ਦਿਨ ਆ ਕੇ ਜਹਾਜ਼ ਲੱਗਾ ਮਹਾਰਾਸ਼ਟਰ ਜੇ ਇੱਕ ਨਾ ਛਿੰਦੇ ਚੁੱਕ ਕੇ ਲਿਆਂਦੇ ਇਹ ਲੱਗਣਾ ਚੰਡੀਗੜ੍ਹ ਦੇ ਏਅਰਪੋਰਟ ਤੇ ਇਹ ਲੱਗੇਗਾ 3-4 ਮਹੀਨੇ ਪਾਰਲੀਮੈਂਟ ਤੋਂ ਪਹਿਲੇ ਤੋਂ ਯਾਦ ਰੱਖਿਓ ਤੇ ਜਿੱਦਣ ਲੱਗਾ ਸਾਰਾ ਸਮਾਨ ਇਹਨਾਂ ਦਾ ਉਸ ਜਹਾਜ਼ ਚੋਂ ਨਾਰਪਾਲ ਚੀ ਮੇ ਤੇ ਕੰਟਰੋਲ ਚ ਰਹਿਣਾ ਤੇ ਨਾ ਰਾਗਵ ਚੱਡੇ ਤੇ ਨਾ ਹੀ ਭਗਵੰਤ ਮਾਨ ਚਾਚਾ ਤੇ ਵੀ ਕਾਂਗਰਸ ਚਰਚਾ ਤੇ ਇਹ ਵੀ ਕਾਂਗਰਸ ਦੇ ਸਿਟਿੰਗ ਐ ਐਮਐਲ ਜਾ ਸਕਦੇ ਨਹੀਂ ਕੋਈ ਸਾਡਾ ਕੋਈ ਨਹੀਂ ਜਾਏਗਾ ਚਰਚਾ ਹੈ ਚੰਡੀਗੜ੍ਹ ਦੇ ਘੇਰਿਆਂ ਚਰਚਾ ਚੱਲਦੀ ਹੈ ਕਿ ਗੰਸ਼ਣੋ ਤੁਸੀਂ ਤੇ ਚਰਚਾ ਦੀ ਗੱਲ ਕਰਦੇ ਹੋ ਇਹ ਤੇ ਆਪ ਕਹੀ ਜਾਂਦੇ ਸਾਡਾ ਸਮਾਨ ਖਰੀਦਣ ਆ ਗਏ ਸੀ ਤੇ ਉਹ ਵਿਕਿਆ ਨਹੀਂ ਤੇ ਸਾਡਾ ਤੇ ਕੋਈ ਆਇਆ ਹੀ ਨਹੀਂ ਨਾ ਹੀ ਕਿਤੇ ਕਿਹਾ ਕਿ ਸਾਡੇ ਵਾਲਾ ਕੋਈ ਚੱਲਿਆ ਸਾ ਜਾਂ ਸਾਨੂੰ ਆਫਰ ਕੋਈ ਨਹੀਂ ਜਾਏਗਾ ਕੈਪਟਨ ਮਨਿੰਦਰ ਸਿੰਘ ਪਰਜ਼ੋਰ ਕੋਸ਼ਿਸ਼ ਕਰ ਰਹੇ ਨੇ ਪਰਨੀਤ ਕੌਰ ਜੀ ਪਰਜ਼ੋਰ ਕੋਸ਼ਿਸ਼ ਕਰ ਰਹੇ ਨੇ ਸਾਰਾ ਉਹਨਾਂ ਦਾ ਅਮਲਾ ਫੈਲਾ ਪਿਛਲਾ ਪੁਰਾਣਾ ਸਾਰਿਆਂ ਨੂੰ ਟੈਲੀਫੋਨ ਕਰ ਰਿਹਾ ਕਿ ਆਓ ਜੀ ਕਿ ਸਾਡੀ ਵੀ ਕੋਈ ਗੱਲ ਰਹਿ ਜੇ ਵੈਸੇ ਇਹ ਤਾਂ ਨਹੀਂ ਹੋ ਜੂ ਕਿਤੇ ਬੀਜੇਪੀ ਛੋਟੀ ਜੀ ਪਾਰਟੀ ਹੈ ਦੋ ਉਹਨਾਂ ਦੇ ਬੰਦੇ ਨੇ ਦੋ ਬੰਦੇ ਇੱਥੇ ਪੰਜਾਬ ਪੰਜਾਬ ਚ ਅੱਛਾ ਦੋ ਬੰਦੇ ਜਿੱਤੇ ਹੋਏ ਨੇ ਉਹਨਾਂ ਦੇ ਵਿਧਾਨ ਸਭਾ ਚ ਤੁਸੀਂ ਇੰਨੇ ਜਿੱਤੇ ਹੋਏ ਹੋ ਪੰਜਾਬ ਦਾ ਨੈਰੇਟਿਵ ਐ ਬਣਦਾ ਜਾ ਰਿਹਾ ਹੈਗਾ ਕੀ ਲੜਾਈ ਜਿਵੇਂ ਬੀਜੇਪੀ ਵਰਸ ਆਪ ਹੁੰਦੀ ਹੈ ਤੁਹਾਡੀ ਰਾਜਨੀਤੀ ਫਿਰ ਕਿੱਥੇ ਹੈ ਗਈ ਕਿਸ ਤਰ੍ਹਾਂ ਨੈਰੇਟਿਵ ਬਣ ਰਿਹਾ ਹੈ ਪਿਛਲੇ ਦਿਨਾਂ ਦਾ ਜਿਹੜਾ ਬਣ ਰਿਹਾ ਹੈਗਾ ਜਿਵੇਂ ਬੀਜੇਪੀ ਕਹਿੰਦੇ ਆਹ ਜਿਹੜਾ ਚਾਹੇ ਲੋਟਸ ਦੇ ذریعے ਬਣੇ ਕਿਸੇ ਗੱਲ ਦੇ ذریعے ਬਣ ਰਿਹਾ ਬੀਜਪੀ ਵਰਸਸ ਆਪ ਹੋ ਜਾਂਦਾ ਨਹੀਂ ਨਹੀਂ ਕਿਤੇ ਮੇਰੀ ਕਿਤੇ ਐਂ ਤਾਂ ਨਹੀਂ ਹੋਵੇ ਕਿਤੇ 2027 ਚ ਬੀਜਪੀ ਵਰਸਸ ਆਪ ਹੋ ਜੇ ਯਾਦਵਿੰਦਰ ਜੀ ਇੱਕ ਮੋਟੀ ਗੱਲ ਸਮਝ ਲਓ ਚੰਗੀ ਤਰ੍ਹਾਂ ਤੁਸੀਂ ਵੀ ਹਿਸਟਰੀ ਦੇ ਸਟੂਡੈਂਟ ਹੋ ਤੇ ਪੋਲਿਟਿਕਸ ਦੇ ਤੇ ਮੈਂ ਵੀ ਪੰਜਾਬ ਤੇ ਕਸ਼ਮੀਰ ਦੋ ਇਹੋ ਜਿਹੇ ਸੂਬੇ ਨੇ ਜਿਹੜੇ ਮਿਨੋਰਿਟੀ ਮੇਜੋਰਿਟੀ ਬਿਲਕੁਲ ਇੱਥੇ ਸਿੱਖ ਮੇਜੋਰਿਟੀ ਹੈ ਕਸ਼ਮੀਰ ਵਿੱਚ ਮੁਸਲਮਨ ਮੇਜੋਰਿਟੀ ਇਹ ਦੋਨਾਂ ਸੂਬਿਆਂ ਦੇ ਵਿੱਚ ਪਾਜਪਾ ਆਪਣੀ ਤਾਕਤ ਦੇ ਨਾਲ ਕਦੀ ਵੀ ਸਰਕਾਰ ਚ ਨਹੀਂ ਆ ਸਕਦੇ ਉਹਨੂੰ ਜਾਂ ਦੇ ਕਾ ਨਿੱਦਲ ਨਾਲ ਲੈਣਾ ਪੈਣਾ ਅਕਾਲੀ ਦਲ ਜੇ ਬੀ ਟੀਮ ਬਣ ਕੇ ਆਂਦਾ ਭਾਜਪਾ ਦੀ ਫਿਰ ਸਿੱਖ ਵੋਟ ਨਹੀਂ ਚੜਦਾ ਜਿਵੇਂ ਕੁਝ ਲੋਕ ਕਹਿੰਦੇ ਆ ਪੰਜਾਬ ਦੀ ਡੈਮੋ ਬੋਲਿਓ ਤੁਸੀਂ ਬੋਲਿਓ ਬੋਲਿਓ ਕੁਝ ਲੋਕ ਕਹਿੰਦੇ ਮੈਂ ਚਲੋ ਮੈਂ ਕਰਦਾ ਸੋਚੀ ਤੁਸੀਂ ਮੇਰੀ ਗੱਲ ਸਹਿਮਤੀ ਲਈ ਇਹਨੂੰ ਵਿੱਚ ਨਾ ਕਰੋ 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 ਗੱਲ ਪੂਰੀ ਕਰੋ ਜੇ ਅਕਾਲੀ ਦਲ ਬੀ ਟੀਮ ਬਣਦਾ ਤੇ ਸਿੱਖ ਵੋਟ ਨਹੀਂ ਪੰਦਾ ਜਿਸ ਦਾ ਸੰਗਰੂਰ ਤੁਸੀਂ ਵੇਖਿਆ ਤੁਸੀਂ ਸਿੱਖ ਉੱਥੇ ਵੇਖ ਹੀ ਲਿਆ then they opted for simranjit maan ਤੋ ਇਸ ਕਲ ਕਾਰਨ ਪੰਜਾਬ ਦੇ ਵਿੱਚ ਜੇ ਕਾਲੀ ਦਲ ਨੰਬਰ 1 ਤੇ ਰਹਿੰਦਾ ਉਹ ਬੀਜੇਪੀ ਹੁਣ ਮੰਨਣ ਨੂੰ ਤਿਆਰ ਕੋਈ ਨਹੀਂ ਕਿਉਂਕਿ ਇਸ ਟਾਈਮ ਬੀਜੇਪੀ ਬਹੁਤ ਵੱਡੀ ਪਾਵਰਫੁਲ ਪੋਜੀਸ਼ਨ 'ਚ ਪਰ ਕੁਝ ਚਿੰਤਕ ਇਹ ਕਹਿੰਦੇ ਨੇ ਪੰਜਾਬ 'ਚ ਕੀ ਪੰਜਾਬ ਦੀ ਡੈਮੋਗ੍ਰਾਫੀ ਬਦਲ ਰਹੀ ਹੈ ਕਸ਼ਮੀਰ ਦੇ ਅੰਦਰ ਉਹਨਾਂ ਨੇ ਆਲਰੇਡੀ ਡੈਮੋਗ੍ਰਾਫੀ ਬਦਲ ਕੇ ਕਹਿਤਾ ਕਿ ਬਾਹਰਲਾ ਬੰਦਾ ਵੀ ਵੋਟਾਂ ਪਾ ਸਕਦਾ ਕੱਲ ਨੂੰ ਪੰਜਾਬ ਨਾਲ ਕੋਈ ਇਹ ਜੀ ਖੇਡ ਹੋ ਜੇ ਮਤਲਬ ਇਹ ਸੰਭਾਵਨਾ ਮਤੋਂ ਇਨਕਾਰ ਤਾਂ ਰਾਜਨੀਤੀ ਕਿਸੇ ਦੇ ਨਹੀਂ ਕੀਤਾ ਇਹ ਜਿਸ ਤਰੀਕੇ ਨਾਲ ਬੀਜੇਪੀ ਖੇਡ ਬਣਾ ਰਹੀ ਹੈ ਪੰਜਾਬ 'ਚ ਆਪਾਂ ਦੇਖ ਤੁਹਾਡੇ ਭਰਾ ਸਕੇ ਗਏ ਨੇ ਬੀਜੇਪੀ 'ਚ ਬੀਜੇਪੀ ਜਿਸ ਤਰ੍ਹਾਂ ਦਾ ਤਾਮਚਾਮ ਜਿਸ ਤਰ੍ਹਾਂ ਦੇ ਨਾਲ ਉਹ ਕਰ ਰਹੀ ਹੈਗੀ ਔਰ ਜਿਸ ਤਰੀਕੇ ਨਾਲ ਏਜੰਸੀਆਂ ਦੇ ਉੱਤੇ ਇਲਜ਼ਾਮ ਲੱਗ ਰਿਹਾ ਹੈ ਈਡੀ ਤੇ ਹੋਰ ਏਜੰਸੀਆਂ ਦੇ ਉੱਤੇ ਕਿਤੇ ਇਹ ਤਾਂ ਨਹੀਂ ਹੋ ਜੂ ਮੈਂ ਕਹਿ ਰਿਹਾ ਤੁਹਾਡੇ ਲਈ ਫਿਕਰ ਦਾ ਸਵਾਲ ਹੈਗਾ ਜਾਂ ਤੁਹਾਡੇ ਕਾਂਗਰਸੀ ਦਾ ਫਿਕਰੀ ਨਹੀਂ ਹੈ ਕਾਂਗਰਸ ਚਰਚਾ ਨਹੀਂ ਹੋ ਰਹੀ ਇਹਦੀ ਨਹੀਂ 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 ਫਿਕਰ ਨਹੀਂ ਗੱਲ ਵੇਖੋ ਅਸੀਂ ਹਰ ਚੀਜ਼ ਨੂੰ ਬੜੇ ਮਾਪ ਤੋਲ ਕੇ ਹਰ ਚੀਜ਼ ਦਾ ਕਸ਼ਮੀਰ ਚ ਵੀ ਤਾਂ ਪਾਏ ਹੋਇਆ ਨਾ ਮੈਂ ਕਸ਼ਮੀਰ ਤੁਸੀਂ ਕਹਿੰਦੇ ਹੋ ਕਸ਼ਮੀਰ 'ਚ ਕੀ ਹੋਇਆ ਕੀ ਕੀ ਹੋਇਆ ਕਸ਼ਮੀਰ 'ਚ ਉਹਨਾਂ ਨੇ ਡੀਲਿਮਿਟੇਸ਼ਨ ਕੀਤੀ ਪਹਿਲਾਂ ਉਹ ਡੀਲ ਬਾਅਦ 'ਚ ਉਹਨਾਂ ਨੇ ਕੀ ਕੀਤਾ ਹੁਣ ਉੱਥੇ ਜਿਹੜੇ ਬਾਹਰ ਦੇ ਬੰਦੇ ਨੇ ਚਾਹੇ ਕੋਈ CRPF ਆ ਕੋਈ ਵੀ ਆ ਉਹ ਵੋਟ ਦੇ ਸਕਦਾ ਉੱਥੇ ਦੇ ਸਕਦਾ ਬਟ ਅਜੇ ਤੱਕ ਉਹਦਾ ਰਿਜ਼ਲਟ ਆਇਆ ਕੋਈ ਰਿਜ਼ਲਟ ਤਾਂ ਨਹੀਂ ਆਇਆ ਪਰ ਨਾਲ ਦੀ ਨਾਲ ਮ ਨਹੀਂ ਬੋਲਤੇ ਰਹੇ ਨਹੀਂ ਜਦੋਂ ਤੁਸੀਂ ਇਸ ਕਿਸਮ ਦੇ ਹਾਲਾਤ ਪੈਦਾ ਕਰੋਗੇ ਜਿਹਦੇ ਨਾਲ ਅਨਫੇਅਰ ਪ੍ਰੈਕਟਿਸਸ ਦੇ ਨਾਲ ਤੁਸੀਂ ਤਾਕਤ ਦੇ ਵਿੱਚ ਡੀਲਿਮਿਟੇਸ਼ਨ ਕਰਕੇ ਜੰਮੂ ਦੀਆਂ ਸੀਟਾਂ ਵਧਾ ਕੇ ਕਸ਼ਮੀਰ ਦੀਆਂ ਸੀਟਾਂ ਘਟਾ ਕੇ ਇਹ ਕੰਮ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਰੌਲਾ ਤੇ ਪੈ ਗਈ ਆਲਰੇਡੀ ਡਿਸਟਰਬਡ ਸਟੇਟ ਹੈ ਪੰਜਾਬ ਇਹ ਚੀਜ਼ ਚੰਗੀ ਤਰ੍ਹਾਂ ਪੱਜਪਾ ਨੂੰ ਵੀ ਸਮਝ ਲੈਣੀ ਚਾਹੀਦੀ ਏ ਕਿ ਪੰਜਾਬ ਹੀ ਉਹ ਸੂਬਾ ਹੈ ਜਿੱਨੇ ਸਿਕੰਦਰ ਆਜ਼ਮ ਵੀ ਰੋਕਿਆ ਸੀ ਪੋਰਸ ਨੇ ਜਿੰਨੇ ਇਨਵੇਡਰਸ ਆ ਇੱਥੋਂ ਆਏ ਤੇ ਪੰਜਾਬ ਹੈਜ਼ ਆਲਵੇਜ਼ ਬੀਨ ਦੀ ਸ਼ੀਟ ਆਰਮਰ ਆਫ ਦੀ ਕੰਟਰੀ ਤੁਸੀਂ ਪੰਜਾਬ ਦੇ ਤੁਸੀਂ ਕਿਸਾਨਾਂ ਵਾਲਾ ਵੇਖਿਆ ਕਿ ਨਹੀਂ ਜੀ ਇੱਕ ਵੀ ਇਹੋ ਜਿਹਾ ਫੈਸਲਾ ਨਹੀਂ ਹੋਇਆ ਜਿਹੜਾ ਮੋਦੀ ਸਾਹਿਬ ਨੇ ਕਦੀ ਵਾਪਸ ਲਿਆ ਤੇ ਲੈਣਾ ਪੈ ਗਿਆ ਵਾਪਸ ਪੰਜਾਬੀਆਂ ਨੂੰ ਪਿਆਰ ਨਾਲ ਤੇ ਜਿੱਤਿਆ ਜਾ ਸਕਦਾ ਹੈ ਮੈਨੀਪੂਲੇਸ਼ਨ ਨਾਲ ਨਹੀਂ ਜਿੱਤਿਆ ਜਾ ਸਕਦਾ ਐਂਡ ਡਿਫਿਕਲਟ ਹੈ ਜੀ ਇਨ ਨੀਅਰ ਫਿਊਚਰ ਮੈਂ ਤੁਹਾਨੂੰ ਇਹ ਪੱਕੇ ਤੌਰ ਤੇ ਦੱਸਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਕੈਪਟਨ ਸਾਹਿਬ ਚਲੇ ਗਏ 10 ਸਾਲ ਮੁੱਖ ਮੰਤਰੀ ਰਹੇ ਤਿੰਨ ਮਹੀਨੇ ਪਹਿਲੇ ਉਤਰੇ ਨੇ ਜਿਸ ਸ਼ਹਿਰ ਦੇ ਵਿੱਚ ਉਹਨਾਂ ਦੀ ਜ਼ਮਾਨ ਜ਼ਬਤ ਹੋਈ ਹੈ ਭੱਜ ਪਾਣਾ ਇਕੱਠੇ ਲੜ ਕੇ ਉਸ ਸ਼ਹਿਰ ਨੂੰ ਵਸਾਉਣ ਵਾਲਾ ਇਹਨਾਂ ਦਾ ਪਰਿਵਾਰ ਹੈ ਬਾਬੇ ਆਲੇ ਦੀ ਪੱਤੀ ਸੀ ਹੈ ਬਾਬੇ ਆਲੇ ਦੀ ਪੱਤੀ ਤੋਂ ਪਟਿਆਲਾ ਬਣਿਆ ਤੇ ਜੇ ਤਿੰਨ ਮਹੀਨੇ ਪਹਿਲੇ ਇੱਕ ਚੀਫ ਮਿਨਿਸਟਰ ਰਹਿ ਕੇ ਐਡੀ ਵੱਡੀ ਪੋਜੀਸ਼ਨ 'ਚ ਰਹਿ ਕੇ ਜਿਹੜਾ ਦੋ ਟਰਮ ਚੀਫ ਮਿਨਿਸਟਰ ਰਿਹਾ ਉਹਦੀ ਜ਼ਮਾਨ ਜ਼ਬਤ ਹੋ ਜੇ ਉਹ ਤਾਂ ਫਿਰ ਬਦਲ ਦੀ ਵੀ ਹੋਈ ਹੈਗੀ ਤਾਂ ਸੁਬੀਰ ਦੀ ਵੀ ਹੋ ਗਈ ਨਹੀਂ 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 ਹੋਈ ਹੋਏਗੀ ਕੈਪਟਨ ਨਮਰਿੰਦਰ ਸਿੰਘ ਤੇ ਆਪਣੇ ਆਪ ਦੇ ਬਾਦਲਾਂ ਨੂੰ ਤੇ ਤਾਕਤ ਤੋਂ ਬਾਹਰ ਹੋਇਆ ਨੂੰ 5 ਸਾਲ ਹੋ ਗਏ ਨੇ ਬਾਦਲ ਦੀ ਜ਼ਮਾਨਤ ਜਪਤ ਨਹੀਂ ਹੋਈ ਕੈਪਟਨ ਨਮਰਿੰਦਰ ਸਿੰਘ ਦੀ ਹੋਈ ਹੈ ਬਾਦਲ 11000 ਵੋਟ ਨਾ ਆ ਰਹੇ ਇਹਦੀ ਜ਼ਮਾਨਤ ਜਪਤ ਹੋਈ ਹੈ ਇਹ ਹੁਣ ਇਸ ਟਾਈਮ ਜਾ ਵੀ ਚਲੇ ਵੀ ਜਾਣਗੇ ਗਵਰਨਰ ਗਵਰਨਰ ਇਹਨਾਂ ਨੂੰ ਕਿ ਸੂਬੇ ਦਾ ਪੜਾ ਦੇਣ ਕਿ ਨਾਥਿੰਗ ਮੋਰ ਥੈਨ ਥੈਟ ਇਟਸ ਅ ক্লোਜ਼ ਜੇ ਮੈਂ ਤੁਹਾਡੇ ਤੋਂ ਪੁੱਛਾਂ ਕਿ 2027 ਤੇ ਆਪਾਂ ਚਲੇ ਜਾ ਰਹੇ ਪਹਿਲਾਂ 24 ਚੱਲਦੇ 24 ਚ ਨੰਬਰ 1 ਨੰਬਰ 2 ਨੰਬਰ 3 ਕੌਣ ਆਗਾ ਕਿੱਥੇ ਜੀ ਪੰਜਾਬ ਚ ਪੰਜਾਬ ਦੇ ਵਿੱਚ ਵੇਖੋ ਅਜੇ ਇਟ ਇਜ਼ ਟੂ ਪ੍ਰੀਮਚੂਰ ਜੇ ਬਹੁਤ ਟਾਈਮ ਪੇ ਹੈ ਐਸ ਕਾਂਗਰਸ ਨੂੰ 13 ਚ ਕਿੰਨੀਆਂ ਸੀਟਾਂ ਆਉਣੀਆਂ ਨੇ ਨਹੀਂ ਵੇਖੋ ਯਾਦਵੰਦ ਜੀ ਐਸ ਟਾਈਮ ਕੋਈ ਪੋਲਿਟੀਕਲ ਪੰਡਿਤ ਮੋਟਾ ਅੰਦਾਜ਼ਾ ਤਾਂ ਦੱਸ ਸਕਦੇ ਨਹੀਂ ਨਹੀਂ ਐਸ ਟਾਈਮ ਮੈਂ ਕੋਈ ਐਹੋ ਜੀ ਗੱਲ ਕਵਾਂਗਾ ਨਾ ਐਹੋ ਜੀ ਮੈਂ ਕੋਈ ਵੀ ਗੱਲ ਕਵਾਂਗਾ ਹਰ ਵੇਖਣ ਵਾਲੇ ਨੂੰ ਪਤਾ ਹੈ ਕਿ ਸੱਚ ਬੋਲ ਰਿਹਾ ਝੂਠ ਬੋਲ ਰਿਹਾ ਗੱਪ ਮਾਰ ਰਿਹਾ ਕਿ ਸਚਾਈ ਬਾਰੇ ਐਸ ਟਾਈਮ ਨੋਬਡੀ ਨੋਸ ਪਰ ਇੱਕ ਚੀਜ਼ ਜੋ ਲੜਾਈ ਕਿਹਦੇ ਵਰਸਸ ਬਣ ਰਹੀ ਹੈ ਨਹੀਂ ਇਹ ਅਲਟੀਮੇਟਲੀ ਰਵਾਇਤੀ ਪਾਰਟੀਆਂ ਚ ਹੋਏਗੀ ਮੇਰੀ ਇੱਕ ਗੱਲ ਆ ਜੋ ਨੋਟ ਕਰ ਲੋ ਆਪਾਂ ਚਵਿ ਚ ਫੇਰ ਮਿਲਾਂਗੇ ਇਹ ਬੇਸਿਕਲੀ ਫਾਈਟ ਹੋਏਗੀ ਬਿਟਵੀਨ ਕਾਂਗਰਸ ਭਾਜਪਾ ਐਂਡ ਅਕਾਲੀ ਦਲ ਭਾਜਪਾ ਕਾਲੀ ਦਲ ਕਠਾ ਹੁੰਦਾ ਯਾਨੀ ਲੋਕ ਸਭਾ ਦੇ ਅੰਦਰ ਤੁਸੀਂ ਕਿਹਨੋਂ ਜਿਹੜੇ ਜ਼ਿਆਦਾ ਸੀਟਾਂ ਆਉਣਗੀਆਂ ਉਹ ਕਾਂਗਰਸ ਤੇ ਅਕਾਲੀ ਦਲ ਜਾਂ ਭਾਜਪਾ ਦੇ ਹਿੱਸੇ ਆਉਣਗੀਆਂ 100% ਇਹਨਾਂ ਦੀਆਂ ਆਣਗੀਆਂ ਵੇਖੋ ਤੁਸੀਂ ਇੱਕ ਮੋਟੀ ਗੱਲ ਵੇਖ ਲਓ ਸਾਰੀ ਲੋਕ ਸਭਾ ਚ ਇੱਕ ਵੀ ਸੀਟ ਆਪਕੋ ਨਹੀਂ ਇੱਕ ਸੀ ਸੰਗਰੂਰ ਦੀ ਪਹਿਲੇ ਤਿੰਨਾਂ ਮਹੀਨਿਆਂ ਚ ਸੱਪਗਵੰਤ ਸਿੰਘ ਮਾਨ ਆਪਣੀ ਜੱਦੀ ਸੀਟ ਜਿਹੜਾ ਜਿਸਾਂ ਤਾਲੀਬਾਨ ਦਾ ਕੈਪੀਟਲ ਕਾਬਲ ਹੋਏ ਕਾਬਲ ਤੇ ਜਿੱਦਣ ਤਾਲੀਬਾਨ ਦਾ ਕਬਜ਼ਾ ਛੱਡ ਜਾਂਦਾ ਤੇ ਸਾਰੇ ਅਫਗਾਨਿਸਤਾਨ ਛੱਡ ਜਾਂਦਾ ਸੰਗਰੂਰ ਆ ਰਗੇ ਨੇ ਇਹਨਾਂ ਬਾਹਰ ਦੀ ਸੀਟ ਹੋਰ ਕਿਹੜੀ ਜਿੱਤਣੀ ਤੇ ਜਿਸ ਸਪੀਡ ਨਾਲ ਚੱਲ ਰਹੇ ਨੇ ਜਿਸ ਸਪੀਡ ਨਾਲ ਚੱਲ ਰਹੇ ਨੇ ਪਾਰਲੀਮੈਂਟ ਤੱਕ ਤੇ ਇਹਨਾਂ ਦਾ ਬੂਥ ਲਾਣ ਵਾਲੇ ਇਹਨਾਂ ਨੂੰ ਬੰਦਾ ਕੋਈ ਨ ਲੱਪਣ ਹਰ ਵਰਗੇ ਨਾਲ ਨਾ ਖੁਸ਼ ਔਰਤਾਂ ਨਾ ਖੁਸ਼ ਨੇ ਬੇਰੁਜ਼ਗਾਰ ਨਾ ਖੁਸ਼ ਨੇ ਕੋਈ ਮੁਲਾਜ਼ਮ ਕੋਈ ਤਬਕਾ ਤੁਸੀਂ ਕਿਸੇ ਨਾਲ ਗੱਲ ਤੇ ਕਰਕੇ ਵੇਖੋ ਐਂਡ ਪੰਜਾਬ ਇਜ਼ ਐਟ ਸਟੈਂਡ ਸਟਿਲ ਪੈ 7500 ਰੁਪਏ ਸੈਂਕੜਾ ਅੱਜ ਰੇਤ ਹੋ ਗਈ 7500 ਰੁਪਿਆ ਸੈਂਕੜਾ ਸਾਰਾ ਤੁਹਾਡਾ ਜਿੰਨਾ ਵੀ ਡਿਵੈਲਪਮੈਂਟ ਦਾ ਕੰਮ ਹੈ ਭਾਵੇਂ ਮੁਹੱਲੀ ਆਪਣੇ ਗੁਆਂਢੀ ਪਹੁੰਚ ਲੋ ਸਾਰਾ ਬੰਦ ਕਿਸੇ ਮਿਸਤਰੀ ਕੋ ਕੋਈ ਕੰਮ ਨਹੀਂ ਕਿਸੇ ਲੇਬਰ ਕੋ ਕੋਈ ਕੰਮ ਨਹੀਂ ਕਿਸੇ ਠੇਕੇਦਾਰ ਕੋ ਕੋਈ ਕੰਮ ਨਹੀਂ ਸਾਰੀ ਜਿਹੜੀ ਤੁਹਾਡੀ ਬੇਸਿਕ ਇੰਡਸਟਰੀ ਹੈ ਪੰਜਾਬ ਦੀ ਉਹ ਸਾਰੀ ਸਾਰੀ ਕੰਮ ਬੰਦ ਹੋ ਚੁੱਕਿਆ ਕੋਈ ਕਾਰੋਬਾਰ ਨਹੀਂ ਕਿਸੇ ਕਿਸੇ ਮਤ ਨਿਰਾ ਝੂਠ ਬੋਲਣ ਤੋਂ ਇਲਾਵਾ ਫਰੇਬ ਕਰਨ ਤੋਂ ਇਲਾਵਾ ਝੂਠੀਆਂ ਵੇਖੋ ਆ ਹਾਲ ਜੇ ਇਹਨਾਂ ਦਾ ਅੱਜ ਇਹਨਾਂ ਦੀ ਫਰੰਟ ਪੇਜ ਤੇ ਨਿਊਜ਼ ਆਈ ਹੈ ਆ ਦਿੱਲੀ ਦੀ ਨੈਗਿਸ਼ ਤਿਆਰ ਅਸਲੀ ਦਾ ਕਾਮ ਬੋਲਦਾ ਹੁਣ ਇਹਨਾਂ ਨੂੰ ਨਹੀਂ ਮੈਨੂੰ ਪਤਾ ਹੈ ਕਿ ਇਹਨਾਂ ਨੂੰ ਕੰਮ ਕਿਹੜਾ ਚੜਿਆ ਜਿਹੜਾ ਬੋਲ ਰਿਹਾ ਕੰਮ ਦੀ ਜਗ੍ਹਾ ਤੇ ਕਾਮ ਦਸੀ ਜਾਂਦੇ ਇਹਨਾਂ ਦੇ ਕਰਨਾ ਕੀ ਹੈ ਇਹਨਾਂ ਦਾ ਕਾਮ ਹੀ ਬੋਲੇਗਾ ਉਦੋਂ ਵੀ ਜਦੋਂ ਤੱਕ ਪਾਰਲੀਮੈਂਟ ਨੂੰ ਲੱਗਦਾ ਫਿਰ ਜੇ ਤੁਸੀਂ 2024 ਚ ਬਾਜਵਾ ਸਾਹਿਬ ਇਹ ਕਹਿ ਰਹੇ ਹੋ ਕਿ ਆਪ ਸਿੰਚੀਨੇ ਫਿਰ ਸਤਾਈ ਨਹੀਂ 100% ਮੈਂ ਤੁਹਾਨੂੰ ਦੱਸੀ ਜਾਣਾ ਟ੍ਰੈਡੀਸ਼ਨਲ ਪਾਰਟੀਆਂ ਵਾਪਸ ਆਣਗੀਆਂ ਅਸੀਂ ਉਸ ਦਿਨ ਕੱਢ ਕੇ ਤੁਹਾਡੀ ਇਹ ਸਟੇਟਮੈਂਟ ਚਲਾਵਾਂਗੇ ਜਿਸ ਦਿਨ 2024 ਦੇ ਨਤੀਜੇ ਆਉਣਗੇ 110% ਮੈਂ ਤੁਹਾਡੇ ਨਾਲ ਬੈਠਾ ਹਾਂਗਾ 120 ਤੁਹਾਡੇ ਨਾਲ ਬਿਟ ਉਸ ਓਵਰ ਹੋ ਜਾਣਾ ਇਹਨਾਂ ਤੱਕ ਇਹ ਇਨਾਂ ਨੂੰ ਇੱਕ ਵਾਰ ਲੋਕਾਂ ਨੇ ਮੌਕਾ ਦਿੱਤਾ ਪਰ ਪੰਜਾਬ 'ਚ ਟ੍ਰੈਂਡ ਰਿਹਾ ਕਿ ਜਿਹਦੀ ਸਰਕਾਰ ਰਹਿੰਦੀ ਆ ਉਹ ਪੰਜ ਸੀਟਾਂ ਤੋਂ ਘੱਟ ਤਾਂ ਮਿਲਦਾ ਕਦੇ ਵੀ ਨਹੀਂ ਲੈ ਕੇ ਗਿਆ ਪਿਛਲੇ ਸਾਲਾਂ 'ਚ ਇਹ ਟ੍ਰੈਂਡ ਹੁਣ ਬਦਲੇ ਅੱਠ ਅੱਠ ਕਾਲੀ ਲੈ ਕੇ ਗਏ ਉਦੋਂ ਮਿਲਿਆ ਇੱਕ ਵਾਰ ਕੈਪਟਨ ਅੱਠ ਅੱਠ ਕੈਪਟਨ ਲੈ ਕੇ ਕਾਂਗਰਸ ਲੈ ਕੇ ਗਏ ਅਕਾਲੀ ਦਲ ਵੀ ਚੰਗੀਆਂ ਸੀਟਾਂ ਲੈ ਗਿਆ ਬੀਜੇਪੀ ਵੀ ਮਤਲਬ ਜਿਹਦੀ ਸੱਤ ਸਰਕਾਰ ਹੁੰਦੀ ਆ ਲੋਕ ਸਭਾ ਚਾਹੇ ਹੁੰਦਾ ਰਿਹਾ ਪੰਜਾਬ 'ਚ ਫਿਰ ਬਦਲ ਜਾਊਗਾ ਤੁਸੀਂ ਹੀ ਕਿ ਸਮਝਦੇ ਇੰਨਾ ਦੀ ਉਦੋਂ ਤੱਕ ਮੈਂ ਤਾਂ ਤੁਹਾਨੂੰ ਕਹਿੰਦੀਆਂ ਨਾ ਕਿ ਸਰਕਾਰੀ ਮਸ਼ੀਨਰੀ ਤੋਂ ਲੈ ਕੇ ਹਰ ਚੀਜ਼ ਲੋਕ ਸਭਾ ਦੇ ਅੰਦਰ ਤੁਸੀਂ ਵਰਤ ਸਕਦੇ ਹੋ ਜਗਿੰਦਰ ਜੀ ਮਹਾਰਾਸ਼ਟਰ ਵਾਲਾ ਜਹਾਜ਼ ਆ ਕੇ ਲੱਗ ਜਾਣਾ ਤੇ ਹੁਣ ਦੱਸਿਆ ਤਾਂ ਇਹ ਪਾਰਲੀਮੈਂਟ ਤੋਂ ਪਹਿਲੇ ਇਹਨਾਂ ਦਾ ਇਹਨਾਂ ਸਾਰੇ ਸਮਾਂਸਮੂਹ ਜਹਾਜ਼ਾਂ ਦੇ ਤੋਂ ਨੂੰ ਇੰਨੀ ਸੂਚਨਾ ਪੱਕੀ ਕਿ ਮੈਂ ਤੁਹਾਡੇ ਕੋਲੇ ਮਤਲਬ ਵੀ ਮਹਾਰਾਸ਼ਟਰ ਵਾਲਾ ਜਹਾਜ਼ ਆ ਕੇ ਚੰਡੀਗੜ੍ਹ ਲੱਗੂਗਾ ਮੈਂ 10 ਸਾਲ ਯਾਦਵਿੰਦਰ ਜੀ ਉੱਥੇ ਸੈਂਟਰ ਦੇ ਵਿੱਚ ਹੀ ਰਿਹਾ ਜੀ 10 ਸਾਲ ਮੈਨੂੰ ਸਾਰੀ ਜਾਣਕਾਰੀ ਆਪਦੀ ਵੀ ਜਾਣਕਾਰੀ ਭਾਜਪਾ ਦੀ ਵੀ ਜਾਣਕਾਰੀ ਕਿ ਇਹਨਾਂ ਦੇ ਤੌਰ ਤਰੀਕੇ ਕੀ ਨੇ ਕਰਨਗੇ ਕੀ ਤੇ ਮੈਨੂੰ ਇਹ ਵੀ ਜਾਣਕਾਰੀ ਔਨ ਗਰਾਉਂਡ ਕਿ ਆਪਦੇ ਐਮਐਲਏ ਤੇ ਮਿਨਿਸਟਰ ਲੱਭ ਕੀ ਰਹੇ ਨੇ ਇਹਨਾਂ ਨੂੰ ਹੀ ਪਤਾ ਹੈ ਕਿ ਵਨ ਟਾਈਮ ਲੋਟਰੀ ਸੀ ਇੱਕ ਵਾਰ ਨਿਕਲਾਈ ਜੈਕਪੌਟ ਇਹ ਦੂਜੀ ਵਾਰ ਨਹੀਂ ਨਿਕਲਣ ਪਰ ਉਹਨਾਂ ਦੇ ਬਹੁਤ ਸਾਰੇ ਬੰਦੇ ਜਿਹੜੇ ਦੂਜੀ ਵਾਰ ਵੀ ਜਿੱਤ ਕੇ ਆਏ ਜਿਹੜੇ 20 ਦੇ 20 ਲੜੇ ਸੀ ਪਿਛਲੀ ਵਾਰ ਜਿੱਤ ਕੇ ਆਏ ਉਹਨਾਂ ਚੋਂ 15 ਜਿੱਤਿਆ ਮੇਂ ਲਾਦਾ ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ ਉੱਥੇ ਤੋਂ 15 ਜਿੱਤ ਗਏ ਨੇ ਹੁਣ ਅਗਲੀ ਵਾਰ ਸਾਫ਼ ਹੀ ਹੋਣੇ ਕੋਈ ਮੈਂ ਮੇਰੀ ਇੱਕ ਗੱਲ ਜਿੱਥੇ ਭਗਵੰਤ ਸਿੰਘ ਮਾਨ ਆਪਣੀ ਸੀਟ ਨਹੀਂ ਜਿੱਤ ਸਕੇ ਉਸ ਤੋਂ ਵੱਡਾ ਪੇਮਾਨਾ ਤੁਹਾਨੂੰ ਕਿ ਗਵਰਨਮੈਂਟ ਚੋਕੇ ਕੋੜੇ ਤੇ ਸਵਾਰ ਹੋ ਕੇ ਕੋੜੇ ਤੇ ਸਵਾਰ ਹੋ ਕੇ 3 ਮਹੀਨੇ ਗਵਰਨਮੈਂਟ ਦੇ ਹੋਣ ਆ ਭਰ ਜਾਣ 3,70,000 ਦੀ ਲੀਡ ਯਾਦਵਿੰਦਰ ਜੀ ਤੇਲਕ 70000 ਦੀ ਲੀਡ ਨਿਕਲੀ ਏ ਤੇ 8-10000 ਤੇ ਸਿਮਰਨਜੀਤ ਸਿੰਘ ਮਾਨ 1 ਮੈਨ ਪਾਰਟੀ 1 ਮੈਨ ਆਰਮੀ ਵਿਦਆਊਟ ਫੁੱਟ ਸੋਲਜਰਸ ਉਹਨਾਂ ਨੂੰ ਪੁਠਾ ਕਰਕੇ ਸੁੱਟ ਲਿਆ 2027 ਦਾ ਚਿਹਰਾ ਪ੍ਰਤਾਪ ਸਿੰਘ ਬਾਜਵਾ ਹੋ ਸਕਦੇ ਨੇ ਕਾਂਗਰਸ ਦਾ ਕਿਹਦਾ ਜੀ 2027 ਚ ਕਾਂਗਰਸ ਦਾ ਚਿਹਰਾ ਪ੍ਰਤਾਪ ਸਿੰਘ ਬਾਜਵਾ ਹੋ ਸਕਦੇ ਨੇ ਕਿਉਂ ਨਹੀਂ ਹੋ ਸਕਦੇ ਜੀ ਪ੍ਰਤਾਪ ਸਿੰਘ ਬਾਜਵਾ ਨੇ ਕਹੇਦੇ ਮਾਮ ਮਾਰੇ ਨਹੀਂ ਹੋ ਸਕਦੇ ਜੀ ਕਿਉਂ ਨਹੀਂ ਹੋ ਸਕਦਾ ਐਕਸਪੀਰੀਅੰਸ ਸਾਰਾ ਨਵਾਦੇ ਹਰ ਚੀਜ਼ ਹੈ ਅੱਗੇ ਗੁਰੂ ਮਾਰਾ ਸਾਹਿਬ ਦੇ ਹੱਥ ਚ ਹੁੰਦਾ ਜੀ ਸਾਰਾ ਕੁਝ ਹੋ ਸਕਦਾ ਪੰਜਾਬ ਕਿਹੜੀ ਚੀਜ਼ ਹੈ ਜਿਹੜੀ ਅਸੰਭਵ ਹੈ ਸੰਭਵ ਨਹੀਂ ਹੈ ਕੀ ਪਾਰਟੀ ਪ੍ਰਧਾਨ ਵੀ ਹੋ ਸਕਦੇ ਨੇ 2027 ਤੱਕ ਪ੍ਰਤਾਪ ਬਾਜਵਾ ਨਹੀਂ ਉਹ ਮੈਂ ਤਿਆਰ ਨਹੀਂ ਬਣਨ ਵਾਸ ਉਹ ਸਾਡਾ ਰਾਜਾ ਵੜਿੰਗੀ ਰਹੇਗਾ ਉਹਦੇ ਨਾਲ ਕਿਉਂ ਨਹੀਂ ਉਹ ਬਦਲਦੇ ਨੇ ਪ੍ਰਧਾਨ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਉਹ ਜਿਹੜਾ ਜਿਸ ਤੁਸੀਂ ਹਿਸਾਬ ਚ ਮੇਰੇ ਕੋਲ ਜਵਾਬ ਮੰਗਦੇ ਨਹੀਂ ਨਹੀਂ ਮੈਂ ਤਾਂ ਵੈਸੇ ਹੀ ਪੁੱਛ ਰਿਹਾ ਤੁਹਾਡੇ ਤੋਂ ਪ੍ਰਧਾਨ ਪਹਿਲਾਂ ਤੁਸੀਂ ਪ੍ਰਧਾਨ ਸੀ ਮੇਰੇ ਸਾਹਮਣੇ ਤੁਸੀਂ ਤੁਹਾਡੇ ਤੋਂ ਲੱਗ ਸੀ ਤੁਸੀਂ ਕੰਟੀਨਿਊ ਕਰੋਗੇ ਅਸੀਂ ਤੁਹਾਨੂੰ ਕਵਰ ਕਰਦੇ ਹੁੰਦੇ ਸੀ ਤੁਸੀਂ ਕੁਰਸੀ ਛੱਡੀ ਕੈਪਟਨ ਮਰਿੰਦਰ ਸਿੰਘ ਲਈ ਮੇਰੇ ਯਾਦ ਆ ਤਲਵੰਡੀ ਸਾਹਿਬ ਉਹ ਮੇਰੀ ਸੁਣ ਲੋ ਐਦ ਕੀ ਵੀ ਮੈਨੂੰ ਪੁੱਛਿਆ ਗਿਆ ਸੀ ਪੇਸ਼ਕਸ਼ ਦਿੱਤੀ ਗਈ ਸੀ ਰਾਜਾ ਜੀ ਦੇ ਬਣਨ ਤੋਂ ਪਹਿਲੇ ਮੈਂ ਸਾਫ਼ ਤੌਰ ਇਨਕਾਰ ਕਰ ਦਿੱਤਾ ਸੀ ਕਿਸੇ ਯੰਗਰ ਆਦਮੀ ਨੂੰ ਮੌਕਾ ਦਿਓ ਪੰਜਾਬ ਦੇ ਵਿੱਚ ਸਾਰੇ ਕ੍ਰਾਸ ਪੰਜਾਬ ਟਰੈਵਲ ਕਰਨ ਦਾ ਐਜੀਟੇਸ਼ਨਸ ਕ੍ਰੀਏਟ ਕਰਨ ਦਾ ਸਾਰਾ ਕੰਮ ਕਰਨ ਦਾ ਮੈਨੂੰ ਤੋਂ ਹੀ ਸੀਐਲਪੀ ਦੀ ਡਿਊਟੀ ਦਾ ਮੈਂ ਇਹਨਾਂ ਨੂੰ 92 ਦਾ 18 ਬੰਦਿਆਂ ਨਾਲ ਤਗੜੇ ਹੋ ਕੇ ਮੁਕਾਬਲਾ ਕਰੂੰਗਾ ਤੇ ਵੇਖੋ ਇੱਕ ਪਾਸੇ ਤੁਹਾਡੇ ਕੋਲ ਸੀਜ਼ਨ ਪੋਲੀਟੀਸ਼ੀਅਨ ਜਿਹੜਾ ਸੀਨੀਅਰ ਮੋਸਟ ਹੈ ਅਸੈਂਬਲੀ ਦੇ ਵਿੱਚ ਜਿਹੜਾ ਚਾਰ ਚੀ ਮਿਨਿਸਟਰ ਨਾ ਕੈਬਨਟ ਦੇ ਵਿੱਚ ਰਹਿ ਚੁੱਕਿਆ ਲੋਕ ਸਭਾ ਵਿਧਾਨ ਸ ਰਾਜ ਸਭਾ ਸਾਰਿਆਂ ਦਾ ਮੈਂਬਰ ਰੇਅਰੈਸਟ ਆਫ ਰੇਅਰ ਪਾਰਟੀ ਪ੍ਰਧਾਨ ਗੁਰੂ ਮਹਾਰਾਜ ਪਾਰਟੀ ਪ੍ਰਧਾਨ ਰਹਿ ਚੁੱਕੇ ਹਨ ਸੀਐਲਪੀ ਦੇ ਲੀਡਰ ਸੋ ਰੇਅਰੈਸਟ ਆਫ ਰੇਅਰ ਹੈ ਅ ਮੈਨ ਹੂ ਇਜ਼ ਲੀਡਿੰਗ ਦੀ ਕਾਂਗਰਸ ਇਨ ਦੀ ਸੀਐਲਪੀ ਹੈਜ਼ ਬੀਨ ਅ ਮੈਂਬਰ ਆਫ ਆਲ ਦੀ ਥਰੀ ਪਾਰਲੀਮੈਂਟਸ ਰਾਜ ਸਭਾ ਲੋਕ ਸਭਾ ਐਂਡ ਵਿਧਾਨ ਸਭਾ ਇਹ ਬਹੁਤ ਵੱਡਾ ਇੱਕ ਮੈਂ ਸਮਝਣਾ ਕਿ ਔਨ ਦੀ ਫਲੋਰ ਆਫ ਦੀ ਪ੍ਰਧਾਨ ਇਸ ਕਰਕੇ ਨਹੀਂ ਬਣਨਾ ਚਾਹੁੰਦੇ 2027 ਦਾ ਚਿਹਰਾ ਤੁਸੀਂ ਬਣੋ ਵਧੀਆ ਗੱਲ ਆ ਨਹੀਂ ਨਹੀਂ ਉਹ ਤੇ ਉਹਨਾਂ ਦੇ ਹੱਥ 'ਚ ਮੈਂ ਇੱਕ ਗੱਲ ਕਰਦਾ ਨਹੀਂ ਉਹ ਤਾਂ ਮੈਂ ਸਮਝਣਾ ਕਿ ਵੇਖੋ ਹਰ ਚੀਜ਼ ਉਮਰ ਮੁਤਾਬਕ ਹੁੰਦੀ ਆਜੇ ਤੁਸੀਂ ਕੋਈ ਨਵੀਂ ਕੋਈ ਰੇਸ ਕਾਰ ਸੇ ਕੋਈ ਕਿਸੇ ਸਫਾਰੀ ਦੇ ਵਿੱਚ ਗੱਡੀ ਭਜਾਣੀ ਹੈ ਤੇ ਪੁਰਾਣੇ ਮਾਡਲ ਦੀ ਨਹੀਂ ਨਾ ਭਜਾਉਂਦੇ ਤੁਸੀਂ ਨਵੇਂ ਮਾਡਲ ਦੀ ਭਜਾਉਂਦੇ ਹੋ ਤੇ ਨਵੇਂ ਮਾਡਲ ਵਾਸੇ ਨਵਾਂ ਪ੍ਰਧਾਨ ਰੱਖਿਆ ਨੌਜਵਾਨ ਮੁੰਡਾ ਹੈ ਹਿੰਮਤਮਾਰੇ ਦਾ ਤਗੜੇ ਹੋ ਕੇ ਚੱਲੇਗਾ ਹੀ ਉਹਦੇ ਨਾਲ ਸਾਥ ਦੇ ਮੰਗਦਾ ਹਾਂ ਹਾਂਜੀ ਇੱਕ ਗੱਲ ਇਹ ਕਹੀ ਜਾ ਰਹੀ ਹੈ ਬੜੀ ਸਟਰੋਂਗਲੀ ਕਿ 2024 ਜੇ ਸੈਂਟਰ ਚ ਕਾਂਗਰਸ ਹਾਰ ਜਾਂਦੀ ਹੈ ਤਾਂ ਪੰਜਾਬ ਦੀ ਅੱਧੀ ਪੌਣੀ ਕਾਂਗਰਸ ਬੀਜੇਪੀ ਹੋ ਜਾਏਗੀ ਤੁਹਾਨੂੰ ਕਿਸ ਤਰ੍ਹਾਂ ਪਤਾ ਕਾਂਗਰਸ ਹਾਰੇਗਾ ਨਾ 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 ਯਾਰ ਮੈਂ ਮੈਂ ਤਾਂ ਮੈਂ ਸਭਰ ਤੁਸੀਂ ਉਹਨੂੰ ਰੱਦ ਕਰ ਸਕਦੇ ਹੋ ਤੁਸੀਂ ਰੱਦ ਕਰ ਸਕਦੇ ਮੈਂ ਤਾਂ ਇਹ ਕਹਿ ਰਿਹਾ 100% 100% ਮੈਂ ਰੱਦ ਕਿਉਂ ਕਰ ਰਿਹਾ ਮੇਰੀ ਗੱਲ ਸੁਣ ਲਓ ਮੋਦੀ ਸਾਹਿਬ ਕੋ 304 ਐਮਪੀ ਨੇ ਇਸ ਟਾਈਮ ਅੱਧਾ ਮਾਰਜਨ ਟੋਟਲ ਲੋਕ ਸਭਾ ਦਾ ਨੰਬਰ ਹੈ 542 ਅੱਧਾ ਮਾਰਜਨ ਹੈ 272 ਕੋਈ ਉਹਨਾਂ ਕੋ ਸਾਰੇ ਹਿੰਦੁਸਤਾਨ ਚ ਅਲਾਈ ਹੈ ਨਹੀਂ ਇਸ ਟਾਈਮ देयर इज नो ਅਲਾਈ ਜੋ ਸਮੀਕਰਨ ਬਣ ਰਿਹਾ ਸਪੈਸ਼ਲੀ ਜਦੋਂ ਤੇ ਨितीश ਕੁਮਾਰ ਬਾਰ ਆਏ ਨੇ ਮਮਤਾ ਬੇਨਰ ਇੰਟਰਨਲ ਸਾਡੇ ਕੋਲ ਵੀ ਯਾਦਵੰਦਰ ਜੀ ਆ ਗੱਲ ਮੇਰੀ ਨੋਟ ਕਰ ਲਓ ਇੰਟਰਨਲ ਸਾਡੇ ਕੋਲ ਰਿਪੋਰਟ ਹੈ ਜਿਹੜੀ ਮੇਨ ਆਰਗੇਨਾਈਜੇਸ਼ਨ ਹੈ ਭਾਜਪਾ ਦੀ ਉਹ ਮੋਦੀ ਸਾਹਿਬ ਦੇ ਸ਼ਾਇਦ ਨਾਲ ਨਾ ਹੋਏ ਆਰਐਸ ਸ਼ਾਇਦ ਨਾਲ ਨਾ ਹੋਏ ਤੇ ਕੁਝ ਵੀ ਇੱਥੇ ਹੋ ਸਕਦਾ ਹੈ ਨੰਬਰ ਤੇ ਮੋਦੀ ਸਾਹਿਬ ਦੇ ਕਟਣੇ-ਕਟਣੇ ਤੋਂ ਮੇਰਾ ਖਿਆਲ ਹੈ ਜੁਆਇੰਟ ਆਪੋਜੀਸ਼ਨ ਜਿਹੜੀ ਹੈ ਜਿਹਦੇ ਵਿੱਚ ਮੇਨ ਰੋਲ ਕਾਂਗਰਸ ਦਾ ਹਮੇਸ਼ਾ ਹੀ ਰਹਿੰਦਾ ਹੈ ਹਮੇਸ਼ਾ ਹੀ ਰਹੇਗਾ ਉਹਦੇ ਵਿੱਚ ਮੇਨ ਆਪੋਜੀਸ਼ਨ ਪਾਰਟੀ ਵੇਖੋ 10 ਸਾਲ ਹੀ ਯੂਪੀਐਚ ਅਸੀਂ ਰਹੀ ਸੀ ਤੇ 10 ਸੀ ਉਹ ਨੇ ਕੋਈ ਐਹੋ ਜੀ ਚੀਜ਼ ਨਹੀਂ ਕਿ ساری ਉਮਰ ਹੀ ਰਾਜ ਇਹਨਾਂ ਨੇ ਕਰਨਾ ਹੁਣ ਇਹਨਾਂ ਦੀ ਵਾਰੀ ਜਾਣ ਦੀ ਆਈ ਦੂਜੀ ਗੱਲ ਇੱਕ ਬੜਾ ਵੱਡਾ ਮੈਂ ਤੁਹਾਨੂੰ ਦੱਸਣ ਲੱਗਾ ਹਰ ਸੈਕਸ਼ਨ ਮਯੂਸ ਹੈ ਨਰਾਜ਼ ਹੈ ਨੰਦ ਰਿਸੈਸ਼ਨ ਯੂਰਪ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਅਮਰੀਕਾ ਚ ਪਾਰਟ ਆਫ ਰਿਸੈਸ਼ਨ ਹੈ ਸਟਾਰਟਡ ਬਾਏ ਦੀ ਨੈਕਸਟ ਈਅਰ ਰਿਸੈਸ਼ਨ ਵੁੱਡ ਬੀ ਨਾਕਿੰਗ ਔਨ ਦੀ ਡੋਰਸ ਆਫ ਇੰਡੀਆ ਉਹਨੇ ਇਹਨਾਂ ਨੂੰ ਹੋਰ ਨੁਕਸਾਨ ਪਹੁੰਚਾ ਜਾਣ। ਤੋਂ ਇਸ ਗੱਲ ਕਾਰਨ ਅਗਲੀ ਗਵਰਨਮੈਂਟ ਊਡ ਬੀ ਆਫ ਦੀ ਆਪੋਜੀਸ਼ਨ ਉਹ ਕਿਸ ਫਾਰਮ ਚ ਹੋਏਗੀ ਕਿਸ ਸ਼ਕਲ ਚ ਹੋਏਗੀ ਉਹ ਆਂਦੇ ਟਾਈਮ ਚ ਪਤਾ ਲੱਗੇਗਾ ਆਈ ਐਮ ਸ਼ੋਰ ਅਸੀਂ ਫਿਰ ਮਿਲਾਂਗੇ ਚਵੀ ਚ ਤੁਹਾਨੂੰ ਪੰਜਾਬ ਦੇ ਰਿਜ਼ਲਟ ਦੀ ਵੀ ਚਰਚਾ ਇੱਥੇ ਕਰਾਂਗੇ ਤੇ ਹਿੰਦੁਸਤਾਨ ਦੇ ਰਿਜ਼ਲਟ ਦੀ ਵੀ ਚਰਚਾ ਕਰਾਂਗੇ ਅੱਛਾ ਤੁਸੀਂ ਸੈਂਟਰ ਦੀ ਪੋਲਿਟਿਕਸ ਵੀ ਕੀਤੀ ਹੈ ਪੰਜਾਬ ਦੀ ਵੀ ਕੀਤੀ ਹੈ ਹਾਂਜੀ ਕਿ ਇਸ ਤੋਂ ਬਾਅਦ ਫਿਰ ਬਾਜਵਾ ਸੈਂਟਰ ਜਾ ਸਕਦੇ ਨਹੀਂ ਸਵਾਲ ਹੀ ਪੈਦਾ ਕਦੇ ਵੀ ਨਹੀਂ ਨਾ ਹਣ ਹੋਰ ਹੋ ਗਿਆ ਕੰਮ ਮੇਰਾ ਜਿਹੜਾ ਉੱਥੇ ਸੀ ਜਿੰਨਾ ਜੇ ਕੱਲ ਨੂੰ ਪਾਰਟੀ ਕੇ ਫੇਰ ਹੋ ਹੀ ਹੁੰਦਾ ਨਾ ਉਦੋਂ ਤੁਹਾਨੂੰ ਲੈ ਕੇ ਗਏ ਤੁਸੀਂ ਅਸੀਂ ਤੁਹਾਡਾ ਇੰਟਰਵਿਊ ਤੁਸੀਂ ਕਹਿਆ ਪਾਰਟੀ ਨਹੀਂ ਕਿਹਾ ਨਹੀਂ ਨਹੀਂ ਹੁਣ ਆਨ ਰਿਕਾਰਡ ਮੈਂ ਦੱਸ ਰਿਹਾ ਮੈਂ ਕਹਿ ਚੁੱਕਾ ਜ਼ਿੰਦਗੀ ਦਾ ਖੀਰਲਾ ਫੇਜ਼ ਇੱਥੇ ਪੰਜਾਬ ਦੇ ਵਿੱਚ ਹੀ ਰਹੇਗਾ ਜਿੰਨਾ ਚਿਰ ਹਰਣ ਪ੍ਰਮਾਤਮਾ ਨੇ ਜ਼ਿੰਦਗੀ ਬਖੀ ਪੰਜਾਬ ਤੇ ਪੰਜਾਬੀਆਂ ਦੇ ਵਿੱਚ ਹੀ ਮੈਂ ਰਹਿਣਾ ਮੈਂ ਉੱਥੇ ਨਹੀਂ ਜਾਣਾ ਇਹ ਮੇਰਾ ਫੈਸਲਾ ਹੋ ਚੁੱਕਿਆ ਹਾਂਜੀ ਧੰਨਵਾਦ ਵਾਯੋਸਾ ਬਹੁਤ-ਬਹੁਤ ਧੰਨਵਾਦ ਅੱਜ ਨਾਲ ਗੱਲਬਾਤ ਕਰਨ ਕੀਆ। ਤਾਂ ਇਹਨਾਂ ਪ੍ਰਤਾਪ ਸਿੰਘ ਪਾਜਵਾ ਕਾਂਗਰਸ ਦੇ ਸੀਨੀਅਰ ਲੀਡਰ ਜਿਨ੍ਹਾਂ ਦਾ ਕਹਿਣਾ 2024 'ਚ ਵੀ ਕਾਂਗਰਸ ਦਾ ਭਵਿੱਖ ਬਹੁਤ ਵਧੀਆ ਤੇ 2027 'ਚ ਵੀ ਉਹ ਕਹਿੰਦੇ ਆ ਦੇਸ਼ 'ਚ ਵੀ ਕਾਂਗਰਸ ਨਹੀਂ ਤਾਂ ਕਾਂਗਰਸ ਦੇ ਨਾਲ ਹਮਾਇਤ ਰੱਖਣ ਵਾਲੀਆਂ ਪਾਰਟੀਆਂ ਰਾਜ ਕਰਨਗੀਆਂ।